ਡਾਂਚਦਾ ਵੀਚਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਮਿਸ਼ਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹੀਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਹਰ ਰੋਜ਼ੀ ਤਰ੍ਹਾਂ ਸਵਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਚੜ੍ਹਦੀ ਕਲਾ ਜ਼ਿੰਦਗੀ ਕਿਵੇਂ ਚੱਲ ਜ਼ਿੰਦਗੀ ਠੀਕ ਹੈ ਜੀ ਗੁਜ਼ਾਰਾ ਹੈ ਪੂਰੀ ਤੇ ਮੌਸਮ ਮੌਸਮ ਵੀ ਠੀਕ ਹੈ ਅੱਜ ਸਵੇਰ ਦੇ ਵੇਲੇ ਦੀ ਧੁੱਪ ਨਿਕਲੀ ਹੋਈ ਹੈ ਤੇ ਲੰਘੇ ਕੱਲ ਵੀ ਧੁੱਪ ਨਿਕਲੀ ਸੀ ਤੇ ਪਰਸੋਂ ਤੇ ਚੌਥ ਕਈ ਥਾਵਾਂ ਤੇ ਮੀਂਹ ਬੜਾ ਪਿਆ ਜੀ ਸੋ ਅੱਜ ਜਿਵੇਂ ਧੁੱਪ ਨਿਕਲੀ ਆ ਤੇ ਆਸ ਕਰਨੀ ਬਣਦੀ ਆ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਮੌਸਮ ਖਰਾਬ ਨਹੀਂ ਹੋਊਗਾ ਪਰ ਜਿਹੜਾ ਮੌਸਮ ਖਰਾਬ ਰਿਹਾ ਨਾ ਜੀ ਉਹਨੇ ਸੱਚੀ ਮੁੱਚੀ ਜਖੜਾ ਹੀ ਪਟਤੀ ਛੋਨੇ ਦੀ ਬਹੁਤ ਸਾਰੀਆਂ ਥਾਵਾਂ ਤੋਂ ਇਹੋ ਜਿਹਾ ਫੋਨ ਆਏ ਬੜੀਆਂ ਵੀਡੀਓ ਸਾਬਨੇ ਆਈਆਂ ਵੀ ਕਿਵੇਂ ਝੋਨਾ ਬਿਲਕੁਲ ਵਿਸ਼ ਗਿਆ ਖੇਤਾਂ ਦੇ ਵਿੱਚ ਹਾਂਜੀ ਕਿਵੇਂ ਝੋਨੇ ਦੇ ਉੱਤੇ ਚਿੱਟੇ ਰੰਗ ਦੀ ਚਾਦਰ ਗੜਿਆਂ ਦੇ ਰੂਪ ਦੇ ਵਿੱਚ ਵਿਸ਼ੀ ਹੋਈ ਆ ਜੀ ਸੋ ਕਿਸਾਨ ਵਿਚਾਰਾ ਕੀ ਕਰੂਗਾ ਬਿਲਕੁਲ ਆਪਾਂ ਇਹ ਗੱਲ ਕਹਿ ਦਿੰਦੇ ਆ ਵੀ ਕਿਸਾਨ ਕਿਉਂ ਟੁੱਟਦਾ ਜਾਂਦਾ ਹੋਰ ਵੀ ਕਈ ਕਾਰਨ ਆ ਪਰ ਇਹਦੇ ਪਿੱਛੇ ਕੁਦਰਤੀ ਮਾਰ ਬਹੁਤ ਵੱਡਾ ਕਾਰਨ ਜਦੋਂ ਤਾਂ ਝੋਨਾ ਪੱਕਣਾ ਤੇ ਉਦੋਂ ਮੀਂਹ ਪੈ ਜਾਂਦਾ ਤੇ ਜਦੋਂ ਝੋਨਾ ਲਾਉਣਾ ਸੀ ਉਦੋਂ ਮੀਂਹ ਨਹੀਂ ਪੈਂਦਾ ਹੂੰ ਉਧਰ ਹੁਣ ਆਪਾਂ ਨਰਮੀ ਦੀ ਗੱਲ ਕਰਦੇ ਆ ਗੁਲਾਬੀ ਸੁੱਡੀ ਨੇ ਕਿਵੇਂ ਮਾਰਤਾ ਹੁਣ ਕਿਸਾਨ ਆਪਦੇ ਘਰ ਦੇ ਵਿੱਚ ਤਾਂ ਵੀ ਬਣਾਉਂਦਾ ਨਹੀਂ ਘਰ ਦੇ ਵਿੱਚ ਉਹ ਪੈਸਟੀਸਾਈਡ ਤਿਆਰ ਕਰਦਾ ਨਹੀਂ ਪਰ ਸਾਰਾ ਕੁਝ ਹੀ ਮਿਲ ਮਿਲਾ ਕੇ ਚੱਲਦਾ ਅਸਲ ਦੇ ਵਿੱਚ ਬਹੁਤ ਸਾਰੇ ਕਾਰਨ ਨੇ ਜਣਾ ਸਾਹਿਬ ਜਿਹੜਾ ਮੌਸਮ ਇੰਨਾ ਜ਼ਿਆਦਾ ਤਬਦੀਲ ਹੋ ਗਿਆ ਤੁਸੀਂ ਵੇਖੋ ਕਿ ਵਾਤਾਵਰਨ ਨੂੰ ਦੁਸ਼ਿਤ ਅਸੀਂ ਸਭ ਤੋਂ ਵੱਧ ਕੀਤਾ ਰੁੱਖ ਅਸੀਂ ਵੱਢੀ ਜਾ ਰਹੇ ਹਾਂ ਜਿਹਦੇ ਕਰਕੇ ਇਹ ਵਾਤਾਵਰਨ ਦੇ ਵਿੱਚ ਤਬਦੀਲੀ ਆਉਣ ਲੱਗੀ ਮੌਸਮ ਬਦਲ ਗਏ ਨੇ ਜਦੋਂ ਮੀਂਹ ਪੈਂਦਾ ਹੁੰਦਾ ਸੀ ਅੱਜ ਕੱਲ ਉਹਦੋਂ ਸੋਕਾ ਹੈ ਜਦੋਂ ਸੋਕਾ ਪੈਂਦਾ ਸੀ ਉਹਦੋਂ ਅੱਜ ਕੱਲ ਮੀਂਹ ਪੈਣ ਲੱਗ ਗਿਆ ਹੈ ਮੌਸਮ ਜਿਹੜੇ ਨੇ ਉਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਸ਼ਿਫਟ ਹੁੰਦੇ ਜਾ ਰਹੇ ਅੱਗੇ ਦੀ ਅੱਗੇ ਪੈਂਦੇ ਜਾ ਰਹੇ ਨੇ ਜਿਹਦੇ ਬਾਕੀ ਸਾਰੀਆਂ ਗੱਲਾਂ ਵੀ ਕਰਾਂਗੇ ਪਹਿਲਾਂ ਚਾਜ ਦੇ ਵਿਚਾਰ ਦੀ। ਦੇਖੋ ਵੀ ਚਾਜ ਦਾ ਵਿਚਾਰ ਇਹ ਕਿ ਜਿਹੜੀ ਪਿੰਨ ਹੁੰਦੀ ਨਾ ਪਿੰਨ ਜਿਹੜੀ ਕਿ ਕਾਗਜ਼ਾਂ ਨੂੰ ਜੋੜ ਕੇ ਰੱਖਦੀ ਐ ਜੀ ਉਹ ਪਿੰਨ ਸਾਰੇ ਕਾਗਜ਼ਾਂ ਨੂੰ ਜੋੜ ਕੇ ਰੱਖਣਾ ਚਾਹੁੰਦੀ ਐ। ਹੂੰ ਇਸ ਕਰਕੇ ਹਰ ਕਾਗਜ਼ ਨੂੰ ਚੁਬਦੀ ਐ। ਹੂੰ ਇਸੇ ਤਰੀਕੇ ਨਾਲ ਜਿਹੜੇ ਲੋਕ ਸਾਰਿਆਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਆ ਹੂੰ ਉਹ ਵੀ ਸਾਰਿਆਂ ਨੂੰ ਚੁਬਦੇ ਆ। ਆਏ ਹਾਏ ਜਿਹੜੇ ਬੰਦੇ ਤੋੜ ਕੇ ਰੱਖਣ ਇੱਧਰ ਗੱਲ ਹੋਰ ਕਰਤੀ ਇੱਧਰ ਹੋਰ ਕਰਤੀ ਪਵਾੜੇ ਜੇ ਪਾ ਕੇ ਰੱਖਣ ਫਰਕ ਪਾ ਕੇ ਰੱਖਣ ਵਖਰੀ ਵਾਂ ਜਾ ਰੱਖਣ ਵੀ ਅੱਡ ਅੱਡ ਜੇ ਰਹਿਣ ਕੋਈ ਇਕੱਠੇ ਨਾ ਹੋਣ ਉਹ ਬੰਦੇ ਅੱਗੇ ਬੜਿਆਂ ਨੂੰ ਪਸੰਦ ਆਉਂਦੇ ਆ ਪਰ ਜੇਕਰ ਕੋਈ ਕਹਵੇ ਵੀ ਆਪਾਂ ਇਕੱਠੇ ਰਹਿਣਾ ਇਹ ਤੁਸੀਂ ਦੂਰੀਆਂ ਮਿਟਾਓ ਵੰਡੀਆਂ ਖਤਮ ਕਰੋ ਤੇ ਫਿਰ ਉਹ ਕਈਆਂ ਨੂੰ ਚੁਬਦੇ ਆ ਗੱਲ ਸਹੀ ਹੈ ਤੁਹਾਡੀ ਪਰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਵੈਸਤਾ ਇਹੋ ਜਿਹੇ ਲੋਕ ਬਹੁਤ ਘੱਟ ਲੱਭਦੇ ਨੇ ਜਿਹੜੇ ਵਾਕਈ ਤੁਹਾਨੂੰ ਜੋੜ ਕੇ ਰੱਖਣਾ ਚਾਹੁੰਦੇ ਨੇ ਹਨਾ ਕਿਉਂਕਿ ਘਰ ਦੇ ਵਿੱਚ ਵੀ ਪਾੜ ਪਾਉਣ ਵਾਲੇ ਬਹੁਤ ਲੋਕ ਹੁੰਦੇ ਨੇ ਜੇਕਰ ਕਈ ਲੋਕ ਤਾਂ ਇਹੋ ਜਿਹੇ ਹੁੰਦੇ ਆ ਜੇਕਰ ਕੋਈ ਦੋ ਦੋਸਤ ਨੇ ਪੱਕੇ ਮਿੱਤਰ ਨੇ ਤਾਂ ਉਹਨਾਂ ਤੋਂ ਉਹ ਦੋਸਤੀ ਵੀ ਨਹੀਂ ਜਰੀ ਜਾਂਦੀ ਹੁੰਦੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜੇ ਮੇਰਾ ਕੋਈ ਦੋਸਤ ਹੈ ਨਹੀਂ ਤੇ ਕਿਸੇ ਦਾ ਵੀ ਨਾ ਹੋਵੇ ਸੋ ਇਹੋ ਜਿਹੇ ਪਾੜ ਪਾਉਣ ਵਾਲਿਆਂ ਤੋਂ ਬਚਣਾ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਸਿਰਫ ਇ ਗਿਆ ਵੀ ਇਦਾਂ ਦੇ ਬਾਰੇ 'ਚ ਹੀ ਸੋਚੀ ਜਾਓ ਕਿ ਇਹ ਬੰਦਾ ਮੈਨੂੰ ਵੰਡ ਗਿਆ ਇਹ ਬੰਦਾ ਮੇਰਾ ਨੁਕਸਾਨ ਕਰ ਗਿਆ ਹੁਣ ਥੋੜਾ ਜਿਆ ਸੁਚੇਤ ਹੋਣ ਦੀ ਲੋੜ ਹੈ ਕਿ ਜਿਹੜੇ ਲੋਕ ਵੰਡੀਆਂ ਪਾਉਂਦੇ ਨੇ ਉਹਨਾਂ ਤੋਂ ਬਚ ਕੇ ਰਹਿਓ ਅੱਗੇ ਵਧੋ ਜੀ ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ ਟਾਣਾ ਸਾਹਿਬ ਕਹਿੰਦੇ ਕਿ ਅਸੀਂ ਅਕਸਰ ਹਨਾ ਇਹ ਕਹਿੰਦੇ ਆ ਕਿ ਜਦੋਂ ਕੋਈ ਤੁਹਾਡੇ ਨਾਲ ਮਾੜਾ ਕਰਦਾ ਹੈ ਤਾਂ ਉਦੋਂ ਤੋਂ ਬਦਲਾ ਲੈਣਾ ਚਾਹੀਦਾ ਹਨਾ ਪਰ ਬਦਲੇ ਦੀ ਭਾਵਨਾ ਨਾ ਰੱਖੋ ਬਦਲਾ ਦੀ ਭਾਵਨਾ ਰੱਖੋ ਅੱਛਾ ਬਦਲੇ ਦੀ ਨਹੀਂ ਬਦਲਾ ਦੀ ਭਾਵਨਾ ਆਪਦੇ ਬੰਦੇ ਵਿੱਚ ਰੱਖੋ ਜੀ ਬਦਲਾ ਨਾ ਲਓ ਬਦਲਾ ਲਿਆਓ ਅੱਜ ਦੇ ਜ਼ਮਾਨੇ 'ਚ ਸਮਝਦਾਰ ਬੰਦਾ ਉਹੀ ਹੈ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦਿੰਦਾ ਬਲਕਿ ਦੂਜੇ ਵੱਲੋਂ ਸੁੱਟੀ ਹੋਈ ਇੱਟ ਦੇ ਨਾਲ ਆਪਣਾ ਮਹਿਲ ਉਸਾਰ ਲੈਂਦਾ ਇਹ ਗੱਲ ਤਾਂ ਬਹੁਤ ਵਧੀਆ ਇਹ ਸੰਕੇਤਕ ਤੌਰ ਦੇ ਉੱਤੇ ਆ ਉਦਾਹਰਨੀ ਤੌਰ ਦੇ ਉੱਤੇ ਗੱਲ ਬਹੁਤ ਵਧੀਆ ਵੀ ਜੇਕਰ ਤੁਹਾਡੇ ਵੱਲ ਕੋਈ ਮਾੜੇ ਵਿਚਾਰ ਸੁੱਟਦਾ ਜੇਕਰ ਤੁਹਾਡੇ ਉੱਤੇ ਕੋਈ ਦੂਸ਼ਣਬਾਜ਼ੀ ਕਰਦਾ ਜੇਕਰ ਤੁਹਾਡੇ ਉੱਤੇ ਕੋਈ ਅਉਲ ਜਲੂਲ ਗੱਲਾਂ ਦੀ ਵਾਛੜ ਕਰਦਾ ਵੀ ਉਹਦੇ ਤੋਂ ਵਿਚਾਰ ਰੱਖੋ ਇਹਦੇ ਕਹਿਣ ਦਾ ਭਾਵੇਂ ਇਹ ਆ ਪਰ ਬਿਲਕੁਲ ਤੁਹਾਡਾ ਕਹਿਣਾ درست ਆ ਕਿ ਭਾਈ ਇਹ ਸੋਚੀ ਸ਼ਖਸੀਅਤ ਹੋਣੀ ਚਾਹੀਦੀ ਹੈ ਸ਼ਖਸੀਅਤ ਵਿੱਚਲਾ ਨਿਖਾਰ ਆ ਜਿਹੜਾ ਉਹੀ ਇਹੋ ਜੇ ਮਾੜੇ ਪ੍ਰਭਾਵਾਂ ਦਾ ਟੱਕਰਾ ਕਰ ਸਕਦਾ ਜੇਕਰ ਕਿਸੇ ਬੰਦੇ ਦਾ ਕਰਤਾਰ ਵਧੀਆ ਤੇ ਉਹਨੂੰ ਜਿੱਦਾਂ ਮਰਜ਼ੀ ਮਾੜਾ ਕਹੀ ਜਾਣ ਉਹਦਾ ਨਾਲ ਕੀ ਫਰਕ ਪੈਂਦਾ ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਆ ਜਿਹੜੇ ਬੰਦੇ ਨੇ ਮਿਹਨਤ ਕਰਨ ਦੀ ठाਣੀ ਹੁੰਦੀ ਆ ਨਾ ਵੀ ਮੈਂ ਸਿਰਫ ਮਿਹਨਤ ਕਰਨੀ ਆ ਮੈਂ ਕਿਤੇ ਨਹੀਂ ਧਿਆਨ ਦੇਣਾ ਨਾ ਇੱਧਰ ਨਾ ਉੱਧਰ ਕੋਈ ਵੀ ਜੋ ਮਰਜ਼ੀ ਕਹਿੰਦਾ ਰਵੇ ਉਹ ਬੰਦਾ ਫਿਰ ਇਹੋ ਜੀਆਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦਾ ਉਹ ਸਿਰਫ ਆਪਣੀ ਮਿਹਨਤ ਕਰਨ ਦੇ ਵਿੱਚ ਲੱਗਿਆ ਰਹਿੰਦਾ ਚੱਗਵਾ ਬੰਦੇ ਸਿਰਫ ਉਹ ਤਰੱਕੀ ਕਰਦੇ ਆ ਜਿਹੜੇ ਊਲ ਜਲੂਲ ਗੱਲਾਂ ਦਾ ਖਿਆਲ ਹੀ ਨਹੀਂ ਕਰਦੇ ਤੁਹਾਡੇ ਬਾਰੇ ਕੌਣ ਕੀ ਕਹਿੰਦਾ ਕਿਉਂ ਕਹਿੰਦਾ ਕਿਹੜੇ ਕਾਰਨਾਂ ਦੇ ਪਿੱਛੇ ਇਹਨਾਂ ਗੱਲਾਂ ਵੱਲ ਖਿਆਲ ਕਰਨੀ ਥਾਂ ਤੇ ਆਪਦਾ ਬਸ ਮਸਤ ਹੋ ਕੇ ਅੱਗੇ ਤੋਂ ਅੱਗੇ ਵਧਦੇ ਜਾਓ ਜੇ ਤੁਸੀਂ ਇਸ ਚੱਕਰ ਚ ਬੈ ਗਏ ਉਹ ਮੇਰੇ ਬਾਰੇ ਐ ਕਹੀ ਜਾਂਦਾ ਮੇਰੇ ਬਾਰੇ ਐ ਕਹਿੰਦਾ ਫਿਰ ਤਾਂ ਬਸ ਹੋ ਗਿਆ ਕਮ ਕਮ ਹੋ ਗਿਆ ਤੁਹਾਡਾ ਫਿਰ ਉੱਥੇ ਹੀ ਖੜੇ ਰਹੋਗੇ ਇਹਨਾਂ ਵਾਰੀ ਸੋਚੀ ਜਾਓਗੇ ਸੋ ਇਹ ਵੀ ਅੱਗੇ ਵਧਣ ਇਹ ਇਹਨਾਂ ਨੇ ਸੋਚਣਾ ਤੇ ਆਪਾਂ ਅੱਗੇ ਜਾਣਾ ਇਹ ਆਪਾਂ ਸੋਚਣਾ ਬਿਲਕੁਲ ਸਹੀ ਬੇ ਚੰਗੇ ਸਾਰੇ ਪੇਸ਼ ਪਏ ਹੂੰ ਜਿਹੜਾ ਵੇਖੋ ਉਹੀ ਨਾਂ ਲੈਣ ਲੱਗ ਗਿਆ ਸੀ ਜਿਹੜਾ ਵੇਖੋ ਉਹੀ ਨਾਂ ਲੈਣ ਲੱਗ ਗਿਆ ਸੀ ਹਰ ਪਾਸੇ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਇਹ ਕਿਨਾਂ ਦੀ ਚਰਚਾ ਹੋਣ ਲੱਗ ਗਈ ਸੀ ਅਰੂਸਾ ਆਲਮ ਨਹੀਂ ਮੈਂ ਤਾਂ ਖੁਦ ਹੈਰਾਨ ਆ ਜੀ ਮੈਂ ਕਿਹਾ ਵੀ ਇੰਉਂ ਲੱਗਦਾ ਜਿਵੇਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੀ ਅਰੂਸਾ ਆਲਮ ਹੂੰ ਹੋਰ ਗੱਲਾਂ ਸਾਰੀਆਂ ਖਤਮ ਹੋ ਗਈਆਂ ਜੀ ਕੋਈ ਸਮੱਸਿਆ ਨਹੀਂ ਰਹੀ ਪੰਜਾਬ ਦੇ ਵਿੱਚ ਜੋ ਚੋਣ ਮੈਨੀਫੈਸਟੋ ਚ ਵਾਅਦੇ ਕੀਤੇ ਸੀ ਉਹ ਤਾਂ ਹੋ ਗਏ ਸਾਰੇ ਪੂਰੇ ਹੁਣ ਸਿਗੇ ਬਾਕੀ 2 2.5 ਮਹੀਨੇ ਉਹ ਕਹਿੰਦੇ ਵੀ ਚਲੋ ਵਿਹਲੇ ਆ ਹੁਣ ਅਰੂਸਾ ਆਲਮ ਦੀਆਂ ਗੱਲਾਂ ਹੀ ਕਰ ਲਈਏ ਜਦੋਂ ਹੁਣ ਪੰਜਾਬ ਦੇ ਲੋਕਾਂ ਤੱਟ ਪਾਉਣਾ ਹੀ ਆ ਨਾ 22 ਦੇ ਵਿੱਚ ਵੋਟਾਂ ਰ ਪਾਣੀਆਂ ਫਰਵਰੀ ਮਹੀਨੇ ਦੇ ਵਿੱਚ ਕਹਿੰਦੇ ਫਿਰ ਉਰੂਸਾ ਆਲਾ ਪਰਾਗ ਛੇੜਦੇ ਆ ਬਿਲਕੁਲ ਸਹੀ ਹੈ ਦੋਹੀ ਛੇੜਿਆ ਹੋਇਆ ਉਰੂਸਾ ਆਲਬ ਨੇ ਇੱਕ ਬੜਾ ਕਰਾਰਾ ਉੱਤਰ ਦਿੱਤਾ ਉਹ ਕਹਿੰਦੀ ਵੀ ਜਿਹੜੇ ਮੈਨੂੰ ਵਾਰ-ਵਾਰ 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 ਮਾੜਾ ਕਹਿੰਦੇ ਆ ਨਾ ਇਹ ਅਸਲ ਵਿੱਚ ਇੰਉਂ ਲੱਗਦਾ ਵੀ ਆਪਦੀ ਸਰਕਸ ਤੇ ਆਪਦੀ ਬਾਂਦਰ ਅੱਛਾ ਜੀ ਉਹ ਕਹਿੰਦੀ ਜੀ ਮੈਂ ਜ਼ਿੰਦਗੀ ਦੇ ਵਿੱਚ ਹੁਣ ਕਦੇ ਭਾਰਤ ਨਹੀਂ ਆਉਣਾ ਕਹਿੰਦੀ ਕਾਂਗਰਸੀਆਂ ਨੇ ਮੈਨੂੰ ਜਿੰਨਾ ਨਿਰਾਸ਼ ਕੀਤਾ ਨਾ ਕਹਿੰਦੀ ਵੀ ਕਾਂਗਰਸੀਆਂ ਨੇ ਮੇਰੇ ਬਾਰੇ ਜੋ ਅਵਾ ਤਵਾ ਬੋਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਨੁਕਸਾਨ ਪਹੁੰਚਾਉਣ ਦੇ ਲਈ ਉਹਦੇ ਅਕਸ ਨੂੰ ਖਰਾਬ ਕਰਨ ਦੇ ਲਈ ਮੇਰੀ ਵਰਤੋਂ ਕੀਤੀ ਗਈ ਹੈ ਮੇਰੇ ਨਾਂ ਦੀ ਵਰਤੋਂ ਕੀਤੀ ਗਈ ਹੈ ਉਹ ਕਹਿੰਦੀ ਮੇਰਾ ਹੁਣ ਭਾਰਤ ਦੇ ਵਿੱਚ ਆਉਣ ਦਾ ਕੋਈ ਮਨ ਨਹੀਂਗਾ ਹੂੰ ਬਸ ਤੁਸੀਂ ਆਪ ਦਾ ਠੀਕ ਆ ਅਸੀਂ ਆਪਦੇ ਠੀਕ ਆ ਉਹ ਕਹਿੰਦੀ ਵੀ ਜਿਹੜੇ ਲੋਕ ਨੇੜੇ ਹੋ ਹੋ ਬੈੰਦੇ ਸੀ ਅੱਜ ਕੱਲ ਉਹਨਾਂ ਨੂੰ ਮੈਂ ਵਿਅਰਗੀ ਲੱਗਦੀ ਹੈ ਤੇ ਬਸ ਤੁਹਾਡਾ ਕੰਮ ਹੀ ਇਹ ਹੈ ਤੁਸੀਂ ਤਾਂ ਦਿਵਾਲੀਆਪਨ ਦੇ ਸ਼িকারਾਂ ਤੁਸੀਂ ਪਰ ਕੈਪਟਨ ਸਾਹਿਬ ਦਾ ਬਿਆਨ ਵੀ ਇਸ ਤੋਂ ਪਹਿਲਾਂ ਆਇਆ ਸੀ ਤਾਣਾ ਸਾਹਿਬ ਉਹ ਇਹ ਕਹਿੰਦੇ ਸੀ ਵੀ ਇਹ ਤਾਂ ਲੋਕਡਾਊਨ ਆ ਵੀਆ ਕਰੋਨਾ ਕਰੋਨਾ ਕਰਕੇ ਥੋੜਾ ਚੱਕਰ ਆ ਨਹੀਂ ਤਾਂ ਮੈਂ ਤਾਂ ਹੁਣ ਵੀ ਇਨਵੀਟੇਸ਼ਨ ਭੇਜਣਾ ਸੀ ਬਿਲਕੁਲ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਵੀ ਜੇਕਰ ਤੇ ਤਾਲਾਬੰਦੀ ਦੇ ਚੱਕਰ ਨਾ ਹੁੰਦਾ ਜੇਕਰ ਕਿਤੇ ਵੀਜ਼ੇ ਦੀ ਸਮੱਸਿਆ ਵਿੱਚ ਨਾ ਆਈ ਹੁੰਦੀ ਤਾਂ ਫਿਰ ਮੈਂ ਤਾਂ ਹੁਣ ਵੀ ਸੱਦਣੀ ਸੀ ਮੈਂ ਤਾਂ ਇਹ ਗੱਲ ਕਹਿਣੀ ਸੀ ਵੀ ਆ ਜਾਓ ਤੁਹਾਡੇ ਲਈ ਬੂਹੇ ਖੁੱਲੇ ਆ ਤੇ ਬੋਲਦੇ ਬੋਲੀ ਜਾਣੋ ਕਹਿੰਦੇ ਮੈਨੂੰ ਕੀ ਫਰਕ ਪੈਂਦਾ ਤੇ ਬਾਕੀ ਜਲਦੀ ਹੀ ਕੈਪਟਨ ਸਾਹਿਬ ਵੀ ਕਹਿੰਦੇ ਵੀ ਘੜੇ ਤੋਂ ਕੋਲਾ ਚੁੱਕਣ ਵਾਲੇ ਨੇ ਜਲਦੀ ਹੀ ਐਲਾਨ ਕਰਨ ਵਾਲੇ ਪਤਾ ਲੱਗਾ ਜੀ ਕਿ ਉਹ ਕੁਝ ਘੰਟਿਆਂ ਦੇ ਵਿੱਚ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਆ ਪਰ ਲੰਘੇ ਕੱਲ ਜਿਸ ਤਰੀਕੇ ਨਾਲ ਉਤੋ ਡਿੱਤੀ ਉਹਨਾਂ ਨੇ ਫੋਟਵਾਂ ਦੀ ਢੇਰੀ ਲਿਆਤੀ ਸੱਚੀ ਗੱਲ ਵੀ ਐਦੀ ਵੀ ਪਾ ਦਿਓ ਐਦੀ ਵੀ ਪਾ ਦਿਓ ਰੂਸਾ ਨਾਲ ਐਦੀ ਵੀ ਪਾ ਦਿਓ ਰੂਸਾ ਨਾਲ ਐਦੀ ਵੀ ਪਾ ਦਿਓ ਉਹਨਾਂ ਨੇ ਕਮਾਲ ਹੀ ਕਰਤੀ ਅੱਜ ਅਖਬਾਰਾਂ ਨੇ ਵੱਡੀਆਂ-ਵੰਡੀਆਂ ਕਰਕੇ ਉਹ ਤਸਵੀਰਾਂ ਛਾਪੀਆਂ ਨੇ ਅੱਧੇ-ਅੱਧੇ ਸਫੇਲੀਆਂ ਖਬਰਾਂ ਅਰੂਸਾ ਆਲਮਸੋਰੀਆ ਗਾਂਧੀ ਨਾਲ ਬੈਠੀ ਕਿਸੇ ਫੋਟੋ ਦੇ ਵਿੱਚ ਛਤਰੂ ਘਣ ਸਿੰਘਾਂ ਦੇ ਨਾਲ ਖੜੀ ਕਿਸੇ ਫੋਟੋ ਦੇ ਵਿੱਚ ਮਹੇਸ਼ਪੱਟ ਨਾਲ ਆ ਕਿਸੇ ਫੋਟੋ ਦੇ ਵਿੱਚ ਯਸ਼ਵੰਤ ਸਿੰਘ ਸੁਸ਼ਮਾ ਸਵਰਾਜ ਨਾਲ ਸੁਸ਼ਮਾ ਸਵਰਾਜ ਕਹਿਣ ਦਾ ਭਾਵ ਦਰਜ ਨਹੀਂ ਫੋਟੋਆਂ ਪਾਤਗਾ ਤੇ ਥੱਲੇ ਇਹ ਵੀ ਲਿਖਿਆ ਹੋਇਆ ਹੁਣ ਇਨ੍ਹਾਂ ਸਾਰਿਆਂ ਨੂੰ ਵੀ ਕਹੋ ਕਿ ਇਹ ਵੀ ਆਈਐਸਆਈ ਦੇ ਏਜੰਟ ਹਨ ਹੂੰ ਦੇਖੋ ਜੀ ਕਹਿਣ ਦਾ ਭਾਵ ਇਹ ਆ ਕਿ ਇਹ ਬੰਦੇ ਦੀ ਨਿੱਜੀ ਜ਼ਿੰਦਗੀ ਦੇ ਮਸਲੇ ਆ ਅਸੀਂ ਕੱਲ ਵੀ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਇਹ ਪੰਜਾਬ ਦੇ ਮਸਲੇ ਨਹੀਂ ਤੁਸੀਂ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਕੈਪਟਨ ਸਾਹਿਬ ਇਹ ਗੱਲ ਸੱਚੀ ਹੈ ਜਿਹਦੇ ਕਰਕੇ ਸ਼ਰੀਕੇ ਭਾਈਚਾਰੇ ਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਲਾਂਬੇ ਕਰ ਦਿੱਤਾ ਗਿਆ ਪਰ ਹੁਣ ਇਹੀ ਮੌਕਾ ਜਿਹੜਾ ਉਹ ਚੰਨੀ ਸਾਹਿਬ ਦੇ ਉੱਤੇ ਨਾ ਆਜੇ ਇਹ ਵੀ ਖਿਆਲ ਕਰਨਾ ਬਣਦਾ ਚੰਨੀ ਸਾਹਿਬ ਦੀ ਸਾਦਗੀ ਦਾ ਬਹੁਤ ਵੱਡਾ ਪ੍ਰਚਾਰ ਹੋਇਆ ਚੰਨੀ ਸਾਹਿਬ ਬਿਲਕੁਲ ਨਰਮਾਈ ਨਾਲ ਚੱਲਦੇ ਆ ਇਹ ਬਹੁਤ ਵਧੀਆ ਗੱਲ ਆ ਪਰ ਪੰਜਾਬ ਦੇ ਮੁੱਦੇ ਨਸ਼ੇ ਵਾਲਾ ਬੇਅਦਬੀ ਵਾਲਾ ਤੇ ਗੋਲੀ ਕਾਂਡ ਵਾਲਾ ਤੇ ਕੇਵਲ 마ਫੀ ਵਾਲਾ ਘਰ ਘਰ ਰੋਜ਼ਗਾਰ ਵਾਲਾ ਰੇਤੇ ਵਾਲਾ ਉਹ ਸਾਰੇ ਦੇ ਸਾਰੇ ਉਮੇ ਦੇ ਉਮੇ ਆ ਹੱਥ ਜੋੜ ਕੇ ਬੇਨਤੀ ਹੈ ਵੀ ਉਹ ਮਾੜੇ ਸੀ ਆਪਾਂ ਪਰੇ ਕਰਤੇ ਆਪ ਜੀ ਕੁਝ ਨਾ ਕੁਝ ਕਰਕੇ ਦਿਖਾਓ ਲੋਕ ਕਹਿੰਦੇ ਵੀ ਭਾਈ ਇਹ ਬੰਦਾ ਸਿਰਾ ਨਾਲੇ ਮੰਨਿਆ ਟਾਣਾ ਸਾਹਿਬ ਕਿ ਇਸ ਵੇਲੇ ਚੰਨੀ ਸਾਹਿਬ ਦੇ ਕੋਲ ਸਮਾਂ ਬਹੁਤ ਘੱਟ ਹੈ ਮਿਆਦ ਥੋੜੀ ਰਹਿ ਗਈ ਹੈ ਹੁਣ 2022 ਦੇ ਵਿੱਚ ਚੋਣਾਂ ਹੋ ਜਾਣੀਆਂ ਨੇ ਪਰ ਘੱਟੋ ਘੱਟ ਕੁਝ ਤਾਂ ਉਦਾਹਰਨ ਪੇਸ਼ ਕਰਨੀ ਪਊਗੀ ਨਾ ਕਿ ਲੋਕਾਂ ਨੂੰ ਲੱਗੇ ਕਿ ਚਾਹੇ ਸਮਾਂ ਘੱਟ ਸੀ ਸਾਰੇ ਦੇ ਸਾਰੇ ਮੁੱਦੇ ਹੱਲ ਨਹੀਂ ਹੋਏ ਪਰ ਕੁਝ ਇੱਕ ਤਾਂ ਹੱਲ ਕੀਤੇ ਨੇ ਕੱਲ ਇੱਕ ਕਾਂਗਰਸੀ ਆਗੂ ਕਹਿੰਦਾ ਹਲੇ ਸਮਾਂ ਹੋਇਆ ਕਿੰਨਾ ਕ ਸਾਨੂੰ ਮਹੀਨਾ ਤਾਂ ਹੋਇਆ ਤੇ ਮੈਂ ਕਿਹਾ ਵੋਟਾਂ ਦੇ ਵਿੱਚ ਵੀ ਤਾਂ ਦੋ ਤਿੰਨ ਮਹੀਨੇ ਰਹਿ ਗਏ ਤੁਸੀਂ ਕਹਿੰਦੇ ਸਾਨੂੰ ਮਹੀਨਾ ਹੋਇਆ ਤੇ ਅੱਗੇ ਕਿਹੜਾ ਢੂੜ ਸਾਲ ਪਿਆ ਅੱਗੇ ਵੀ ਸਮਾਂ ਥੋੜਾ ਹੀ ਆ ਜੀ ਨਾਲੇ ਗੱਲ ਇਹ ਹੈ ਕਿ ਪਹਿਲਾਂ ਵੀ ਸਰਕਾਰ ਤਾਂ ਕਾਂਗਰਸ ਦੀ ਹੀ ਸੀ ਤੁਸੀਂ ਵੀ ਉਹ ਸਰਕਾਰ ਦੇ ਕਿਤੇ ਨਾ ਕਿਤੇ ਭਾਵੇਂ ਛੋਟੇ ਚਾਹੇ ਵੱਡੇ ਹਿੱਸਾ ਤਾਂ ਰਹੇ ਹੋ ਨਾ ਤੁਸੀਂ ਉਦੋਂ ਤੁਹਾਡੇ ਕੋਲ ਵੀ ਅਹੁਦੇ ਕਈ ਕਈ ਸੀ ਕਈਆਂ ਦੇ ਕੋਲ ਸੀ ਤੇ ਅੱਜ ਜਿਹੜਾ ਆਪਾਂ ਇਹ ਬਹਾਨਾ ਬਣਾ ਰਹੇ ਆ ਕਿ ਸਾਡੇ ਕੋਲ ਥੋੜਾ ਸਮਾਂ ਰਹਿ ਗਿਆ ਸਾਡੇ ਕੋਲ ਸਮਾਂ ਬਹੁਤਾ ਹੈ ਨਹੀਂਗਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਆਪਾਂ ਉਦੋਂ ਵੀ ਨਹੀਂ ਕੁਛ ਕੀਤਾ ਸੀ ਇਸ ਕਰਕੇ ਬੇਨਤੀ ਹੈ ਵੀ ਅਰੂਸਾ ਦੇ ਨਾਂ ਦੇ ਉੱਤੇ ਮਨੋਰੰਜਨ ਕਰਨਾ ਬੰਦ ਕਰੀਏ ਤੇ ਇਸ ਵਕਤ ਜ਼ਰੂਰ ਤਾਂ ਪੰਜਾਬ ਦੇ ਅਸਲ ਮੁੱਦਿਆਂ ਦੇ ਵੱਲ ਖਿਆਲ ਕਰਨੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਤਲਕ ਨਹੀਂ ਵੀ ਉਹ ਕਿਉਂ ਰਹੀ ਕਿਵੇਂ ਰਹੀ ਕਾਤੋਂ ਰੱਖੀ ਕਿਵੇਂ ਵੀਜ਼ਾ ਮਿਲਿਆ ਇਹ ਤਾਂ ਲੰਬੇ ਸਮੇਂ ਤੋਂ ਇਮੀ ਚੱਲਦਾ ਸੀ ਪਰ ਲੋਕ ਚਾਹੁੰਦੇ ਜੀ ਕਿ ਮੁੱਦਿਆਂ ਦਾ ਹੱਲ ਹੋਵੇ ਬਿਲਕੁਲ ਸਹੀ ਸਰਬ ਕੱਲ ਆਪਾਂ ਠੱਗਾਂ ਦੀ ਗੱਲ ਕਰ ਰਹੇ ਸੀ ਠੱਗ ਪੈਰ ਪੈਰ ਤੇ ਹੈਨਾ ਜਿੱਧਰ ਨਿਗਾ ਮਾਰੋ ਠੱਗੀਆਂ ਜੀ ਹੁਣ ਤਾਂ ਨਿੱਕੇ ਨਿੱਕੇ ਨਿਆਣੇ ਠੱਗੀਆਂ ਮਾਰਦੇ ਆ ਕਿਉਂਕਿ ਸਿਖਾ ਕੇ ਭੇਜੇ ਆ ਜੀ ਬਹੁਤ ਮਾੜੀ ਗੱਲ ਆ ਬੱਚਿਆਂ ਦਾ ਬਾਲਪਨ ਇਵੇਂ ਖਰਾਬ ਨਹੀਂ ਕਰਨਾ ਚਾਹੀਦਾ ਜਿਹਦੇ ਵੱਲ ਨਿਗਾ ਮਾਰਦੇ ਠੱਗ 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 ਹਾਂ ਘਰਾਂ ਦੇ ਵਿੱਚ ਠੱਗ ਆ ਜਾਂਦੇ ਆ ਕਈ ਸੂਟ ਬੂਟ ਪਾ ਕੇ ਠੱਗ ਨੇ ਹਾਂ ਕਈ ਚਿੱਟੇ ਕੁੜਤੇ ਪਜਾਮੇ ਪਾ ਕੇ ਠੱਗ ਨੇ ਕਈ ਰਾਹਾਂ ਦੇ ਵਿੱਚ ਤੁਰੇ ਫਿਰਦੇ ਠੱਗ ਨੇ ਕਈ ਵਿਆਹਾਂ ਦੇ ਵਿੱਚ ਤੁਰੇ ਫਿਰਦੇ ਠੱਗ ਨੇ ਠੱਗ ਹੀ ਠੱਗ ਨੇ ਹਰ ਬਸ ਬਸ ਹੁਣ ਆਨਲਾਈਨ ਠੱਗੀਆਂ ਜਿਹੜੀਆਂ ਉਹ OTP POTP ਕੁਝ ਮੰਗਦੇ ਆ ਤੇ ਕਹਿੰਦੇ ਵੀ ਉਸ ਤੋਂ ਬਾਅਦ ਤੁਹਾਡੇ ਖਾਤੇ ਚ ਫਰ ਪੈਸੇ ਤੇ ਅੱਜ ਕੱਲ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਤੁਹਾਡੇ ਨਾਲ ਕਿੱਥੇ ਠੱਗੀ ਹੋ ਵੀ ਗਈ ਆ ਇੱਕ ਨਵਾਂ ਗੈਂਗ ਫੜਿਆ ਸਵਿਫਟ ਗੈਂਗ ਸਵਿਫਟ ਗੈਂਗ ਲੁਧਿਆਣਾ ਪੁਲਿਸ ਨੇ ਫੜਿਆ ਕਾਰਾਂ ਚੋਰੀ ਕਰਦਾ ਸੀ ਨਹੀਂ ਨਹੀਂ ਕਾਰਾਂ ਦੇ ਵਿੱਚ ਬੈ ਕੇ ਠੱਗੀ ਮਾਰਦੇ ਸੀ ਤੇ ਇਹ ਬਸ ਸਵਿਫਟ 'ਚ ਹੀ ਵਹਿੰਦਾ ਸੀ ਹਾਏ ਹਾਏ ਤੁਸੀਂ ਇਹ ਵੇਖੋ ਵੀ ਇਹ ਕੋਈ ਬੰਦੇ ਨਹੀਂ ਸੀ ਬੀਬੀਆਂ ਦਰਾਣੀ ਜਠਾਣੀ ਸੋਹਣੇ ਕੰਮ ਲੱਗੀਆਂ ਹੋਈਆਂ ਸੀ ਤੇ ਬੰਦੇ ਤੇ ਔਰਤ ਦੇ ਵਿੱਚ ਅੱਜਕੱਲ੍ਹ ਫਰਕ ਕੀ ਹੈ ਸਮਾਨਤਾ ਦਾ ਅਧਿਕਾਰ ਹੈ ਇੰਨਾ ਵੀ ਨਹੀਂ ਅਧਿਕਾਰ ਹੋਣਾ ਚਾਹੀਦਾ ਵੀ ਆਪਾਂ ਬੰਦਿਆਂ ਨੂੰ ਸਹੀ ਰਾਹ ਤੇ ਤੋਰਨ ਦੀ ਥਾਂ ਤੇ ਆਪ ਹੀ ਗਲਤ ਵਾਲੇ ਪਾਸੇ ਤੁਰ ਪਈਏ ਹੂੰ ਆਪਾਂ ਥੋੜਾ ਜਿਆਦਾ ਸੋਚੀਏ ਕੋਈ ਗਲਤ ਮੰਨਦਾ ਹੀ ਨਹੀਂਗਾ ਤੇ ਫਿਰ ਬੰਦਾ ਕਿਸ ਨੂੰ ਸੁਧਾਰੂ ਕੀ ਇਹ ਵੀ ਗੱਲ ਸਹੀ ਹੈ ਪਰ ਇਹ ਜਿਹੜਾ ਸਵਿਫਟ ਗੈਂਗ ਹੈ ਨਾ ਇਹ ਪਤਾ ਕੀ ਕਰਦੀਆਂ ਅਸੀਂ ਦੋਵੇਂ ਦਰਾਨੀ ਜਠਾਣੀ ਇਹਨਾਂ ਗੱਡੀ ਦੇ ਵਿੱਚ ਜਿਵੇਂ ਜਾ ਰਹੀਆਂ ਨੇ ਰਸਤੇ ਦੇ ਵਿੱਚ ਕੋਈ ਵੀ ਖੜੀ ਔਰਤ ਮਿਲ ਗਈ ਕਿਤੇ ਕੋਈ ਬੱਸ ਅੱਡੇ ਤੇ ਖੜੀ ਹੈ ਕੋਈ ਕਿਤੇ ਕਿਸੇ ਗੱਡੀ ਦਾ ਇੰਤਜ਼ਾਰ ਕਰ ਰਹੀ ਹੈ ਤੇ ਉਹਦੇ ਕੋਲ ਜਾ ਕੇ ਗੱਡੀ ਰੋਕਣੀ ਉਹਦੇ ਨਾਲ ਕੋਈ ਨਾ ਕੋਈ ਰਿਸ਼ਤੇਦਾਰੀ ਕੱਢ ਲੈਣੀ ਵੀ ਤੁਹਾਨੂੰ ਚੇਤਾ ਨਹੀਂ ਆਪਾਂ ਫਲਾਣੀ ਥਾਂ ਮਿਲੇ ਸੀ ਤੁਹਾਨੂੰ ਯਾਦ ਨਹੀਂ ਮੈਂ ਤੁਹਾਡੀ ਦਰਾਨੀ ਦੀ ਨਾਨਾਣ ਦੀ ਗਾਂ ਭੂਆ ਦੀ ਸੱਸ ਦੀ ਕੋਈ ਰਿਸ਼ਤੇਦਾਰ ਲੱਗਦੀ ਤਾਂ ਆਪਾਂ ਮੰਨ ਪੱਕਾ ਕੋਈ ਨਾ ਕੋਈ ਰਿਸ਼ਤਾ ਹੋਊਗਾ। ਸਿੱਧਾ ਕਹਦੇ ਵੀ ਨਹੀਂ ਮੈਂ ਨਹੀਂ ਪਛਾਣਿਆ। ਫੇਰ ਤਾਂ ਗੱਲ ਹੀ ਨਹੀਂ ਪਛਾਣਿਆ ਤੇ ਫਿਰ ਸਿੱਧਾ ਕੋਈ ਨਹੀਂ ਪਛਾਣਿਆ। ਫੇਰ ਤਾਂ ਗੱਲ ਹੀ ਮੁੱਕ ਗਈ। ਜਿਨ੍ਹਾਂ ਨੇ ਮਨਾਉਣਾ ਹੁੰਦਾ ਮਨਾ ਲੈਂਦੇ ਨੇ। ਤੇ ਐਦਾਂ ਕਰਕੇ ਬੀਬੀਆਂ ਗੱਡੀ 'ਚ ਬਿਠਾ ਲੈਂਦੀਆਂ ਸੀ। ਹੱਥਾਂ ਨੂੰ ਖੂਬ ਸਾਰੀ ਕਰੀਮ ਲੱਗੀ ਹੁੰਦੀ ਸੀ। ਪਤਾ ਵੀ ਨਹੀਂ ਸਲਾਦਾ ਕਦੋਂ ਘੜੇ ਲਾ ਲੈਂਦੀਆਂ ਸੀ। ਅੱਛਾ ਹੱਥਾਂ ਨੂੰ ਕਰੀਮ ਲਾ ਕੇ ਤਿਆਰੀ ਪੂਰੀ। ਪੂਰੀ ਤਿਆਰੀ ਪਹਿਲਾਂ ਤਾਂ ਹੀ। ਜਿਵੇਂ ਨੇਤਾ ਲੋਕ ਆ ਉਂਗਲ ਲਾ ਲੈਂਦੇ ਕਹਿੰਦੇ। ਜੀ ਜੀ ਜੀ। ਹੱਥ ਮਲਾਉਂਦੇ ਹੀ। ਹਾਂ। ਬਸ ਉਵੇਂ ਹੀ ਉਵੇਂ ਹੀ ਤੇ ਐਦਾਂ ਹੀ ਕਰ ਕਰਕੇ ਕਿੰਨੀਆਂ ਹੀ ਠੱਗੀਆਂ ਹੁਣ ਤੱਕ ਇਹ ਕਰ ਚੁੱਕੀਆਂ ਨੇ ਤੇ ਫੜੀਆਂ ਤੇ ਹੁਣ ਜਾ ਕੇ ਪੁਲਿਸ ਨੇ ਫੜੀਆਂ ਨੇ ਅੱਛਾ ਹਾਂਜੀ ਐਦਾਂ ਦੀਆਂ ਵੀ ਠੱਗ ਮਹਿਕਮਾ ਹੈਗਾ ਜਿੱਧਰ ਨਿਗਾਹ ਮਾਰਦੇ ਆ ਬਸ ਮੈਂ ਤਾਂ ਹੈਰਾਨ ਹੀ ਹੋ ਜਾਣਾ ਇੱਕ ਹੋਰ ਮਾਮਲਾ ਆਇਆ ਉਹ ਬਠਿੰਡੇ ਤੋਂ ਬਠਿੰਡੇ ਦੇ ਵਿੱਚ ਇੱਕ ਬੀਬੀ ਜਿਹੜੀ ਕਿ ਇੱਕ ਜੱਜ ਦੇ ਨਾਲ मुंशी ਦਾ ਕੰਮ ਕਰਦੀ ਸੀ ਅੱਛਾ ਚਲੋ ਚੰਗੀ ਰੋਟੀ ਖਾਂਦੀ ਸੀ ਪਰ ਉੱਥੇ ਬੈ ਕੇ ਉਹਨੇ ਬਹੁਤ ਕੁਝ ਸਿੱਖ ਲਿਆ ਹਾਂ ਕਿ ਜਿਵੇਂ ਇਨਸਾਫ ਦਿੱਤਾ ਜਾਂਦਾ ਕਿਸ ਤਰੀਕੇ ਨਾਲ ਤਰੀਕਾ ਪੈਂਦੀਆਂ ਕੀ ਕੀ ਕੁਝ ਅੰਦਰ ਖਾਤੇ ਚੱਲਦਾ ਸਾਰਾ ਕੁਝ ਸਿੱਖ ਲਿਆ ਤੇ ਫੇ ਉਹਦੀ ਗੱਲ ਮੈਂ ਇੱਥੇ ਕਿਉਂ ਕਰਨੀ ਸੀ ਨਹੀਂ ਵੈਸੇ ਮੈਂ ਗੱਲ ਕਰਨਾ ਵੀ ਦੇਖੋ ਜਿਹੜਾ ਬੰਦਾ ਜਿੱਥੇ ਬੈਠਾ ਹੋ ਜੇ ਮੰਨ ਲਓ ਕਿਤੇ ਵੀ ਜਾਊਗਾ ਬੰਦਾ ਜਿਹੜੇ ਵੀ ਬੰਦੇ ਕੋਲੇ ਬੈਠੋ ਉਹਦੇ ਵਾਲਾ ਕੰਮ ਹੀ ਸਿੱਖੋ ਜੀ ਪਰ ਉਹਨੇ ਕੁਝ ਹੋਰ ਸਿੱਖ ਲਿਆ ਨਾ ਪੁੱਠਾ ਸਿੱਖ ਲਿਆ ਉਹਨੇ ਇੱਕ ਪਲੇਟ ਬਣਵਾਈ ਜਿੱਤੇ ਲਿਖਿਆ ਹੋਇਆ ਸੀ ਸੈਸ਼ਨ ਜੱਜ ਅੱਛਾ ਪਲੇਟ ਬਣਵਾ ਲਈ ਨੇਮ ਪਲੇਟ ਜੀ ਨੂੰ ਕਹਿੰਦੇ ਆ ਨਾਂ ਵਾਲੀ ਤੇ ਉਹ ਗੱਡੀ ਤੇ ਲਾ ਲਈ ਤੇ ਭੈਣ ਜੀ ਹੋਰੀ ਪੂਰੀ ਟੌਰ ਦੇ ਨਾਲ ਨਾਲ ਇਹਨਾਂ ਦਾ ਘਰ ਵਾਲਾ ਘੁੰਮਦੇ ਸੀ ਇਲਾਕੇ ਦੇ ਵਿੱਚ ਵੀ ਮੈਂ ਤਾਂ ਜੱਜ ਲੱਗੀ ਆ ਹੂੰ ਤੇ 20 ਤੋਂ ਵੱਧ ਜਣਿਆਂ ਦੇ ਨਾਲ ਨੌਕਰੀ ਦਿਵਾਣ ਦੇ ਬਹਾਨੇ ਠੱਗੀ ਮਾਰਦੇ ਰਹੇ ਨੇ ਅੱਛਾ ਮੈਂ ਜੱਜ ਲੱਗੀ ਆ ਹਾਂ ਨਿਆਣੇ ਨੂੰ ਕਹਿੰਦੇ ਹੁੰਦੇ ਨਾ ਕਰਦੇ ਤੂੰ ਜੱਜ ਲੱਗਿਆ ਇਹ ਕਦੀ ਸ਼ਾਂ ਲੱਗੀ ਆ ਸੱਚੀ ਗੱਲ ਹੈ ਤੇ ਹੁਣ ਫੜੀ ਗਈ ਐ ਚਲੋ ਵਧੀਆ ਹੋਇਆ 마ੜੇ ਕੰਮ ਦਾ ਨਤੀਜਾ ਮਾੜਾ ਹਾਂ ਵਧੀਆ ਹੋਇਆ ਫੜੀ ਗਈ ਪਰ ਲੋਕਾਂ ਨੂੰ ਇੱਥੇ ਦੱਸਣਾ ਬਣਦਾ ਹੈ ਟਾਣਾ ਸਾਹਿਬ ਕਿ ਜਿਹੜਾ ਅਸੀਂ ਨੌਕਰੀ ਠੀਕ ਹੈ ਹਰ ਮਨ ਦਾ ਚਾਹੁੰਦਾ ਕਿ ਨੌਕਰੀ ਮਿਲੇ ਪਰ ਨੌਕਰੀ ਲੈਣ ਦਾ ਕਰਕੇ ਜਿਹੜੀ ਰਿਸ਼ਵਤ ਖੋਰੀ ਆਪਾਂ ਕਰ ਰਹੇ ਆ ਜਿਹੜਾ ਆਪਾਂ ਕਿਸੇ ਦੀਆਂ ਵੀ ਗੱਲਾਂ ਚ ਆ ਜਾਂਦੇ ਆ ਇਹਦੇ ਤੋਂ ਬੱਚ ਕੇ ਠੱਗ ਮਹਿਕਮਾ ਸੋਦਾ ਦੇਖੋ ਮੈਂ ਤਾਂ ਕਦੇ-ਕਦੇ ਹੈਰਾਨ ਹੋ ਜਾਣਾ ਦੁੱਧ ਨਕਲੀ ਹੂੰ ਪਨੀਰ ਨਕਲੀ ਹੂੰ ਖਾਣ ਪੀਣ ਵਾਲੀਆਂ ਚੀਜ਼ਾਂ ਨਕਲੀ ਹੁਣ ਤਾਂ ਕਹਿੰਦੇ ਆਂਡੇ ਵੀ ਨਕਲੀ ਆਉਣ ਲੱਗ ਪਏ ਕਿਹੜੀ ਚੀਜ਼ ਅਸਲੀ ਆ ਚੌਲ ਨਕਲੀ ਬੰਦ ਗੋਭੀ ਨਕਲੀ ਹੋਰ ਕਿੰਨ ਅੱਜਕੱਲ ਤਾਂ ਬੰਦਾ ਹੀ ਨਕਲੀ ਹੁਣ ਤਾਂ ਕਮਾਲ ਦੀ ਗੱਲ ਇਹ ਆ ਵੀ ਵਕ ਵਕ ਮੰਤਰੀਆਂ ਦੇ ਵੱਡੇ ਵੱਡੇ ਲੋਕਾਂ ਦੇ ਪੀਏ ਨਕਲੀ ਆ ਪਿੱਛੇ ਜੇ ਸੋਨੀਆ ਗਾਂਧੀ ਰਕ ਨਕਲੀ ਪੀਏ ਫੜਿਆ ਸੀ ਫਿਰ ਉਸ ਤੋਂ ਬਾਅਦ ਗੱਲ ਕਰਦੇ ਆ ਆ ਦੇਖੋ ਆ ਜੱਜ ਨਕਲੀ ਇੱਥੇ ਕਈ ਵਾਰੀ ਰਾਤ ਨੂੰ ਨਾਕਾ ਲਈ ਖੜੇ ਹੁੰਦੇ ਖਬਰ ਆਉਂਦੀ ਪੁਲਿਸ ਨਕਲੀ ਜਿਦਾ ਜਿੱਤੇ ਬਾਲਾ ਹੁਣ ਪਤਾ ਨਹੀਂ ਲੱਗਦਾ ਕਾ ਵੀ ਭਾਈ ਜਿਹਦੇ ਨਾਲ ਤੁਹਾਡਾ ਵਾਹ ਪਿਆ ਇਹ ਸੱਚੀ ਮੁੱਤੀ ਅਸਲੀ ਹੈ ਕਿ ਨਕਲੀ ਹੈ ਸੋ ਪਿੱਛੇ ਜੇ ਖਬਰ ਆਈ ਸੀ ਵੀ ਆਪਦੀ ਮਰਜ਼ੀ ਮੁਤਾਬਕ ਹੀ ਤਿੰਨ ਚਾਰ ਜਣੇ ਨਾਕਾ ਲਾ ਕੇ ਖੜ ਗਏ ਰਾਤ ਨੂੰ ਉਹ ਜੀ ਪੈਸੇ ਲਈ ਜਾਣ ਛੱਡੀ ਜਾਣ ਨਹੀਂ ਜਾਣ ਛੱਡੀ ਜਾਣ ਤੇ ਬਾਅਦ ਦੇ ਵਿੱਚ ਅਸਲ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਵੀ ਸਾਡਾ ਤਾਂ ਬੰਦਾ ਕੋਈ ਭੇਜਿਆ ਹੀ ਨਹੀਂ ਸੀ ਹਾ ਇਹ ਤਾਂ ਨਿਹਰਗੇ ਲਈ ਆ ਗਈ ਬਈ ਬਹੁਤ ਜ਼ਿਆਦਾ ਟੈਲੈਂਟ ਭਰਿਆ ਹੋਇਆ ਲੋਕਾਂ ਦੇ ਅੰਦਰ ਬਹੁਤ ਸਾਰੇ ਗੁਣ ਨੇ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕੀ ਕਰ ਜਾਂਦਾ ਹੂੰ ਹਰਮਨ ਜੀ ਅਮਰੀਕਾ ਦੇ ਬੜੇ ਮਸ਼ਹੂਰ ਕਾਰੋਬਾਰੀ ਆ ਦਰਸ਼ਨ ਸਿੰਘ ਢਾਲੀਵਾਲ ਰਖੜਾ ਸੁਰਜੀਤ ਸਿੰਘ ਰਖੜਾ ਦੇ ਭਰਾਤਾ ਹੂੰ ਉਹਨਾਂ ਦੇ ਬਾਰੇ ਇੱਕ ਬੜੀ ਵੱਡੀ ਖਬਰ ਆਈ ਆ ਤੇ ਇਹ ਖਬਰ ਪੜ੍ਹ ਕੇ ਇਹ ਗੱਲ ਸੋਚਣੀ ਵਿਚਾਰਨੀ ਆਪੀ ਪੈ ਜਾਂਦੀ ਆ ਵੀ ਆਉਂਦੇ ਸਮੇਂ ਦੇ ਵਿੱਚ ਕੀ ਕੀ ਹੋ ਸਕਦਾ ਦੇਖੋ ਜੇਕਰ ਇਸ ਵਕਤ ਕਿਸਾਨ ਅੰਦੋਲਨ ਦੇ ਵਿੱਚ ਕਿਸੇ ਨੇ ਲੰਗਰ ਲਾਇਆ ਹੂੰ ਕਿਸੇ ਨੇ ਟੰਬੂਆਂ ਦਾ ਪ੍ਰਬੰਧ ਕਰਕੇ ਦਿੱਤਾ ਕਿਸੇ ਨੇ ਗੱਦਿਆਂ ਦਾ ਪ੍ਰਬੰਧ ਕਰਕੇ ਦਿੱਤਾ ਕੋ ਗੁਣਾ ਥੋੜੀ ਕੀਤਾ ਜਿੰਨਾ ਦੇ ਕਰਕੇ ਇਹ ਸਾਰਾ ਕੁਝ ਕਰਨਾ ਪਿਆ ਉਹਨਾਂ ਦਾ ਕੋਈ ਨੁਕਸਾਨ ਨਹੀਂ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਜਿਹੜੇ ਇਹਨਾਂ ਲੋਕਾਂ ਦੀ ਮਦਦ ਕਰ ਰਹੇ ਆ ਇਹਨਾਂ ਕਿਸਾਨਾਂ ਦੀ ਇਹਨਾਂ ਮਜ਼ਦੂਰਾਂ ਦੀ ਉਹਨਾਂ ਨੂੰ ਸਰਕਾਰ ਇੱਕਦਮ ਬਾਹਰ ਰੋੜ ਕੇ ਕਹਿੰਦੀ ਹੈ ਵੀ ਭਾਈ ਸਦੇ ਹੋ ਜਾ ਹੁਣ ਪਤਾ ਲੱਗਾ ਵੀ ਜਿਹੜੇ ਦਰਸ਼ਨ ਸਿੰਘ ਢਾਲੀਵਾਲ ਨੇ ਉਹ ਅਮਰੀਕਾ ਤੋਂ ਆਏ ਸੀ ਆਪਦੀ ਭਤੀਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਦੋਂ 에어ਪੋਰਟ ਦੇ ਉੱਤੇ ਭਾਰਤ ਦੇ ਵਿੱਚ ਪਹੁੰਚੇ ਇੱਥੋਂ ਵਾਪਸ ਭੇਜਤੇ ਕਿਉਂ ਉੱਤਰ ਇਹ ਮਿਲਿਆ ਵੀ ਭਾਈ ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਮਦਦ ਕੀਤੀ ਆ ਤੁਸੀਂ ਲੰਗਰ ਲਾਇਆ ਹੋਇਆ ਪਿਛਲੇ ਲੰਬੇ ਸਮੇਂ ਤੋਂ ਤੇ ਮਾੜੀ ਗੱਲ ਹੈ ਟੈਂਟ ਪਟੋ ਆਪ ਦੇ ਭਾਂਡੇ ਟਿੰਡੇ ਸੰਭਾਲੋ ਆਪ ਦਾ ਵਾਪਸੀ ਨੂੰ ਚੱਲੇ ਪਾਓ ਤੇ ਫਿਰ ਤੁਹਾਨੂੰ 에어ਪੋਰਟ ਦੇ ਵਿੱਚੋਂ ਬਾਹਰ ਨਿਕਲਣ ਦੀ ਆਗਿਆ ਮਿਲੂਗੀ ਪਰ ਦਰਸ਼ਨ ਸਿੰਘ ਢਾਲੀਵਾਲ ਹੋਰਾਂ ਨੇ ਕਿਹਾ ਕਿ ਮੈਂ ਨਹੀਂ ਇਦਾਂ ਜਾਣਾ ਮੈਨੂੰ ਵਿਆਹ ਦੇ ਵਿੱਚ ਨਾ ਜਾਣਾ ਮਨਜ਼ੂਰ ਆ ਪਰ ਮੈਂ ਇਸ ਤਰੀਕੇ ਦੇ ਨਾਲ ਲੰਗਰ ਤੋਂ ਪੈਰ ਨਹੀਂ ਪਿੱਛੇ ਖਿੱਚਦਾ ਇਸ ਕਰਕੇ ਵਾਪਸ ਚਲੇ ਗਏ ਇੱਥੇ ਵਿਆਹ ਦੇ ਵਿੱਚ ਨਹੀਂ ਆਉਣ ਦਿੱਤਾ ਇਹ ਕੀ ਤੱਕ ਕੈਸ਼ਾਈ ਹੋਈ ਟਾਣਾ ਸਾਹਿਬ ਹਾਲੇ ਕਹਿੰਦੇ ਆ ਕਿ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਆ ਸਾਨੂੰ ਸਭਿਆਕ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਹੱਕ ਹੈ ਸਾਡਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਕਿ ਅਸੀਂ ਸਭਿਆਕ ਤਰੀਕੇ ਨਾਲ ਆਪਣੇ ਵਿਚਾਰਾਂ ਨੂੰ ਪੇਸ਼ ਕਰ ਸਕਦੇ ਆ ਅਸੀਂ ਸਭਿਆਕ ਤਰੀਕੇ ਨਾਲ ਸਮਾਜ ਦੇ ਵਿੱਚ ਸੁਧਾਰਨ ਦੇ ਕੰਮ ਕਰ ਸਕਦੇ ਆ ਅਸੀਂ ਕੋਈ ਵੀ ਆਜ਼ਾਦ ਵਾਸੀ ਦੇ ਹੋਣ ਦਾ ਨਾਤੇ ਕੋਈ ਵੀ ਚੰਗੇ ਕੰਮ ਜਿਹੜੇ ਉਹ ਕਰ ਸਕਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਲੰਗਰ ਲਾਉਣਾ ਕਿਤੇ ਵੀ ਕੋਈ ਮਾੜਾ ਕੰਮ ਹੈ ਮੈਂ ਤਾਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜਿਹੜੇ ਕਲਾਕਾਰ ਜਾਂਦੇ ਸੀ ਉਹਨਾਂ ਨੂੰ ਵਕ ਵਕ ਏਜੰਸੀਆਂ ਦੇ ਨੋਟਿਸ ਆ ਗਏ ਜਿਹੜੇ ਉੱਥੇ ਕਿਸਾਨ ਆਗੂ ਸੀ ਉਹਨਾਂ ਨੂੰ ਨੋਟਿਸ ਭੇਜੀ ਜਾਂਦੇ ਆ ਜਿਹੜੇ ਲੰਗਰ ਲਾਉਣ ਵਾਲੇ ਉਹਨਾਂ ਨੂੰ ਨੋਟਿਸ ਭੇਜੀ ਜਾਂਦੇ ਆ ਵੀ ਜੇਕਰ ਤੁਸੀਂ ਇੰਨੀ ਖੇਚਲ ਕਰਨੀ ਥਾਂ ਦੇ ਉੱਤੇ ਕਾਨੂੰਨ ਰਾਦੀ ਕਰਦੇ ਹੋ ਤੇ ਸਾਰਾ ਮਸਲਾ ਹੀ ਹੱਲ ਹੋ ਜੇ ਜੀ ਨਾਲੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਸ ਰਾਹ ਦੇ ਉੱਪਰ ਤੋਰਿਆ ਲੰਗਰ ਲਾਉਣ ਦੀ ਪ੍ਰਥਾ ਸਾਨੂੰ ਉਹਨਾਂ ਨੇ ਸਿਖਾਈ ਹੈ ਨਾ ਤੇ ਅਸੀਂ ਉਹੀ ਕੰਮ ਕਰ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਕੋਈ ਕਿਸੇ ਦਾ ਮਾੜਾ ਥੋੜੀ ਕਰ ਰਹੇ ਹਾਂ ਜੇ ਕਿਸੇ ਭੁੱਖੇ ਨੂੰ ਰਜਾਉਣਾ ਮਾੜਾ ਕੰਮ ਆ ਤਾਂ ਫਿਰ ਤਾਂ ਪਤਾ ਨਹੀਂ ਇਹਨਾਂ ਦੇ ਲਈ ਸਹੀ ਕੰਮ ਕਿਹੜਾ ਹੋਏਗਾ ਕਿ ਜਿਹੜੀਆਂ ਇਹਨਾਂ ਦੀਆਂ ਬੰਦਰਗਾਹਾਂ ਦੇ ਉੱਪਰ ਨਸ਼ਾ ਮਿਲਦਾ ਉਹ ਸਾਰਾ ਸਹੀ ਹੈ ਤੇ ਜੋ ਅਸੀਂ ਕਰ ਰਹੇ ਉਹ ਸਾਰਾ ਗਲਤ ਆ ਹਣਾ ਹੁਣ ਪਤਾ ਲੱਗਾ ਜੀ ਕਿ ਸੁਰਜੀਤ ਸਿੰਘ ਰਖੜਾ ਜਿਹੜੇ ਸਾਬਕਾ ਅਕਾਲੀ ਮੰਤਰੀ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਪ੍ਰਧਾਨ ਮੰਤਰੀ ਨਰਿੰ ਇਸ ਤੋਂ ਪਹਿਲਾਂ ਵੀ ਜਦੋਂ ਦਰਸ਼ਨ ਸਿੰਘ ਢਾਲੀਵਾਲ ਭਾਰਤ ਦੇ ਵਿੱਚ ਆਉਂਦੇ ਸੀ ਦੋ ਤਿੰਨ ਵਾਰੀਆਂ ਦੀ ਗੱਲ ਹੈ ਵੀ ਉਹਨਾਂ ਨੂੰ ਖਾਸਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤਿੰਨ ਤਿੰਨ ਚਾਰ ਚਾਰ ਘੰਟੇ ਪੁਸ਼ਕਿਸ਼ ਕਰੀ ਜਾਣੀ ਪਰ ਬਾਅਦ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਬਾਹਰ ਆਉਣ ਦੀ ਆਗਿਆ ਦੇ ਦਿੰਦੇ ਸੀ ਐਤਕੀ ਦਾ ਕੋਈ ਜਵਾਬ ਦੇ ਤੱਕ ਨਹੀਂ ਹੋ ਹੁਣ ਨਹੀਂ ਤੁਸੀਂ ਵੇਖੋ ਵੀ ਜਦੋਂ ਕੋਈ ਵੀ ਵਧੀਆ ਕੰਮ ਕਰਦਾ ਹੈ ਕਿਸੇ ਵਿਦੇਸ਼ੀ ਧਰਤੀ ਦੇ ਉੱਪਰ ਉਦੋਂ ਫਟ ਕਹਿੰਦੇ ਭਾਰਤੀ ਮੂਲ ਦਾ ਬੰਦਾ ਤੇ ਭਾਰਤੀ ਮੂਲ ਦੇ ਬੰਦੇ ਦੇ ਨਾਲ ਭਾਰਤ ਦੇ ਵਿੱਚ ਆਇਆ ਤੁਸੀਂ ਆਹ ਸਲੂਕ ਕਰਦੇ ਹੋ ਉਦੋਂ ਤੁਹਾਡੀ ਸੋਚ ਕਿੱਥੇ ਜਾਂਦੀ ਹੈ ਸਾਨੂੰ ਦੁਨੀਆ ਭਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗਏ ਆਪਣੇ ਪੰਜਾਬੀ ਪਹਿਣਾ ਵੀਰਾਂ ਦੇ ਉੱਤੇ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹ ਗਏ ਹੋਏ ਪਹਿਣਾ ਵੀਰਾਂ ਦੇ ਉੱਤੇ ਮਾਣ ਬਿਲਕੁਲ ਮਾਣ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਪਰਵਾਹ ਨਹੀਂ ਕੀਤੀ ਵੀ ਮੇਰੀ ਸ਼ਿਫਟ ਇੰਨੀ ਕਾ 2 2 3 3 ਸ਼ਿਫਟਾਂ ਲਾ ਕੇ ਉਹਨਾਂ ਨੇ ਆਪਦੀ ਰੋਟੀ ਦਾ ਤੇ ਆਪਦੇ ਪੰਜਾਬ ਦੇ ਵਿੱਚ ਮਗਰ ਰਹਿਣ ਵਾਲਿਆਂ ਦੀ ਰੋਟੀ ਦਾ ਪ੍ਰਬੰਧ ਕੀਤਾ ਜੀ ਉਹਨਾਂ ਨੇ ਆਪਦੇ ਕਾਰੋਬਾਰ ਸੈੱਟ ਕੀਤੇ ਉਸ ਤੋਂ ਬਾਅਦ ਇੱਥੇ ਲੰਗਰ ਲਾਉਣ ਯੋਗ ਹੋਏ ਉਹ ਲੰਗਰ ਲਾਉਂਦੇ ਉਹਨਾਂ ਨੇ ਧੰਨਵਾਦ ਕਰ ਗਏ ਉਹ ਭੁੱਖਿਆਂ ਨੂੰ ਰਜਾਉਣ ਦਾ ਕੰਮ ਕਰਦੇ ਉਹ ਕਿਹੜੇ ਜੇਬਾ ਕੱਟਦੇ ਆ ਜੀ ਇੱਥੇ ਦਿੰਦੇ ਵੀ ਕੁਝ ਨਹੀਂ ਕੇ ਨੇਤਾ ਜੇ ਵੀ ਕੱਟ ਲੈਂਦੇ ਆ ਜਿੱਤ ਵੀ ਜਾਂਦੇ ਆ ਤੇ ਛੇਤਰ ਵੀ ਫੇਰਦੇ ਆ ਤੇ ਜੇ ਕਿਤੇ ਰਖੜਾ ਸਾਹਿਬ ਨੇ ਕਿਸੇ ਇੱਕ ਪਾਰਟੀ ਨੂੰ ਬਹੁਤ ਸਾਰਾ ਡੋਨੇਸ਼ਨ ਦਿੱਤਾ ਹੁੰਦਾ ਦਾਨ ਦਿੱਤਾ ਹੁੰਦਾ ਫਿਰ ਰਖੜਾ ਸਾਹਿਬ ਨੂੰ ਉਂਝ ਕੋਈ ਸਮੱਸਿਆ ਨਹੀਂ ਸੀ ਬਿਲਕੁਲ ਇਹ ਗੱਲ ਸੋਚਣ ਵਿਚਾਰਨ ਵਾਲੀ ਹੈ ਮੈਂ ਤਾਂ ਇਸ ਗੱਲ ਦੇ ਉੱਤੇ ਕਦੇ ਕਦੇ ਹੈਰਾਨ ਹੁੰਨਾ ਹਰਮਨ ਜੀ ਵੀ ਭਾਰਤ ਦੇ ਵਿੱਚ ਕੀ ਕੀ ਚੱਲੀ ਜਾਂਦਾ ਜੀ ਵੀ ਇੱਥੇ ਸੱਚ ਬੋਲਣਾ ਗੁਨਾਹ ਹੋ ਗਿਆ ਇੱਥੇ ਸਿਰਫ ਉਹੀ ਲੋਕ ਚੰਗੇ ਜਿਹੜੇ ਇਹ ਗੱਲ ਕਹਿਣ ਕਿਸਾਨ ਬਹੁਤ ਮਾਰੇ ਹਨ ਜੇ ਤੁਸੀਂ ਅੱਜ ਇੱਜ਼ਤ ਕਰਵਾਉਣੀ ਹੈ ਨਾ ਸਰਕਾਰ ਦੀ ਨਜ਼ਰ ਦੇ ਵਿੱਚ ਤਾਂ ਤੜਕੇ ਉੱਠ ਕੇ ਦੋ ਤਿੰਨ ਗਾਲਾਂ ਕੱਢ ਦਿਓ ਕਿਸਾਨਾਂ ਨੂੰ ਫਿਰ ਦੁਪਹਿਰੇ ਕੱਢੋ ਤੇ ਫਿਰ ਰਾਤ ਨੂੰ ਕੱਢੋ ਪਰ ਜਿਹੜੇ ਜਿਉਂਦੀ ਜ਼ਮੀਰ ਵਾਲੇ ਆ ਉਹ ਇਦਾਂ ਕਰਦੇ ਨਹੀਂ ਮੋਈ ਜ਼ਮੀਰ ਵਾਲੇ ਤਾਂ ਬਹੁਤ ਕੁਝ ਕਰਦੇ ਆ ਉਹਨਾਂ ਨੂੰ ਤਾਂ ਕਹਿੰਦੇ ਵੀ ਵਾਰ-ਵਾਰ ਨੈਸ਼ਨਲ ਅਵਾਰਡ ਵੀ ਮਿਲ ਜਾਂਦੇ ਆ ਕਿਸੇ ਨੂੰ ਕਹਿੰਦੇ ਪੰਗਾ ਫਿਲਮ ਲਈ ਮਿਲ ਗਿਆ ਕਿਸੇ ਨੂੰ ਮੜੰਗਾ ਫਿਲਮ ਲਈ ਮਿਲ ਗਿਆ ਜੀ ਫਿਰ ਆਪਣੇਆਂ ਦੇ ਲਈ ਹੁਣ ਇੰਨਾ ਵੀ ਨਾ ਕਰੀਏ ਮਤਲਬ ਆਪਣਿਆਂ ਨੂੰ ਤਾਂ ਰਯੋੜੀਆਂ ਵੰਡਣੀਆਂ ਹੀ ਹੁੰਦੀਆਂ ਨੇ ਉਹ ਆਪਣਿਆਂ ਨੂੰ ਵੰਡਣ ਪਰ ਅਸੀਂ ਆਪਣਿਆਂ ਦਾ ਫਿਕਰ ਕਰਕੇ ਉਹਨਾਂ ਕਰਗੇ ਜਿਹੜੇ ਸਾਡੇ ਆਪਣੇ ਬਾਰਡਰਾਂ ਦੇ ਉੱਤੇ ਬੈਠੇ ਆ। ਗੱਲ ਇਹ ਐ ਨਾ ਫਿਰ ਇਸ ਲਈ ਲੋਕਾਂ ਨੂੰ ਇਕੱਠੇ ਵੀ ਹੋਣਾ ਪਊਗਾ ਨਾ। ਅਸੀਂ ਆਪਣਿਆਂ ਦੇ ਉੱਪਰ ਉਂਗਲਾਂ ਚੁੱਕਣੀਆਂ ਬੰਦ ਕਰੀਏ। ਅਸੀਂ ਜੇ ਆਪ ਕੁਝ ਨਹੀਂ ਕਰ ਸਕਦੇ ਤੇ ਜੇਕਰ ਕੋਈ ਤਿੱਲ ਫੁੱਲ ਜਿੰਨਾ ਵੀ ਕਰ ਰਿਹਾ ਉਹਦੇ ਚ ਨਗੋਚ ਕੱਢਣੀ ਬੰਦ ਕਰੀਏ। ਪੰਜਾਬੀ ਕਦੇ ਵੀ ਹਰਦੇ ਨਹੀਂ ਪੰਜਾਬੀ ਕਦੇ ਵੀ ਮਰਦੇ ਨਹੀਂ। ਜੇਕਰ ਆਪਣੀ ਨਾ ਹਰਾਉਣ ਤੇ ਆਪਣੀ ਨਾ ਮਾਰਨ। ਬਿਲਕੁਲ ਸੱਚ। ਜਦੋਂ ਵੀ ਅਜੇ ਤੱਕ ਅਤੀਤ ਦੇ ਵੱਲ ਝਾਤ ਮਾਰ ਲੋ। ਅਸੀਂ ਮਹਿਮਨ ਨੂੰ ਸਿਖਰ ਦੇ ਉੱਤੇ ਲੈ ਗਏ ਸਾਡੇ ਆਪਣੇ ਵਿੱਚੋਂ ਗਦਾਰ ਨਿਕਲੇ ਆ ਸਾਡੇ ਆਪਣੇ ਨਹੀਂ ਬਸ ਉੱਤੇ ਛਿੱਟੇ-ਸੁੱਟ ਕੇ ਤੇ ਉਹਨਾਂ ਨੂੰ ਬਦਨਾਮ ਕੀਤਾ ਉਹ ਦੂਜੇ ਪਾਸੇ ਰਲ ਜਾਂਦੇ ਅੰਦਰ ਖਾਤੇ ਤੇ ਫਿਰ ਮਸਲਾ ਠੁੱਸ ਹੋ ਜਾਂਦਾ ਫਿਰ ਲਹਿਰ ਠੁੱਸ ਹੋ ਕੇ ਰਹਿ ਜਾਂਦੀ ਹੈ ਸੋ ਮੇਰੀ ਬੇਨਤੀ ਉਹਨਾਂ ਵਿਦਵਾਨਾਂ ਸਾਰਿਆਂ ਨੂੰ ਆ ਜਿਹੜੇ ਘਰ ਦੇ ਵਿੱਚ ਬੈਠ ਕੇ ਬਹੁਤ ਤਕੜੇ ਬੁੱਧੀ ਜੀਵੀ ਆ ਜਿਹੜੇ ਸ਼ੇਰ ਵੀ ਲਿਖਦੇ ਆ ਉਹ ਕਹਿੰਦਾ ਸਾਨੂੰ ਆਰ ਲਾਉਣ ਵਾਲੀ ਲਿਖਦੇ ਆ ਜਿਹੜੇ ਕੋਈ ਚਾਰ ਸ਼ਬਦ ਲਿਖਦੇ ਆ ਉਹ ਕਹਿੰਦੇ ਉੱਤੇ ਟਿੱਪਣੀ ਕਰਨ ਵਾਲੇ ਲਿਖਦੇ ਆ ਵੀ ਆਪਾਂ ਹੋਰ ਤਾਂ ਕੁਝ ਨਹੀਂ ਕਰ ਸਕੇ ਆਪ ਦੀਆਂ ਕਲਮਾਂ ਹੀ ਸੰਭਾਲ ਲਓ ਬਿਲਕੁਲ ਸਹੀ ਆਪ ਦਾ ਖਾਤਾ ਹੀ ਬੰਦ ਕਰ ਲਓ 2 ਮਹੀਨੇ ਇਹ ਵੀ ਕਿਸਾਨ ਅੰਦੋਲਨ ਦੇ ਵਿੱਚ ਇੱਕ ਯੋਗਦਾਨ ਨਹੀਂ ਹੈ ਬਹੁਤ ਵੱਡਾ ਯੋਗਦਾਨ ਹੈ ਤਾਂ ਲੋਜੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ ਜੀ ਤੇ ਹੁਣ ਅੱਗੇ ਵਧੀਏ ਚਾਣਾ ਸਾਹਿਬ ਵਦੋ ਜੀ ਵਦੋ ਅੱਜ ਤਰੀਕ ਕਿੰਨੀ ਹੋ ਗਈ 26 ਅਕਤੂਬਰ 26 ਅਕਤੂਬਰ ਪੂਰੇ 11 ਮਹੀਨੇ 26 ਨਵੰਬਰ 2021 ਨੂੰ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਗਏ ਸੀ ਜੀ ਹੁਣ 26 ਨਵੰਬਰ 2021 ਨੂੰ ਯਾਨੀ ਕਿ ਅਗਲੇ ਮਹੀਨੇ ਪੂਰਾ ਇੱਕ ਵਰਾ ਹੋ ਜਾਣਾ ਇਨ੍ਹਾਂ 11 ਮਹੀਨਿਆਂ ਦੇ ਵਿੱਚ ਜਿਹੜੇ ਕਿ ਅੱਜ 11 ਮਹੀਨੇ ਪੂਰੇ ਹੋ ਗਏ ਆ ਇਨ੍ਹਾਂ 11 ਮਹੀਨਿਆਂ ਦੇ ਵਿੱਚ ਕਿਸਾਨ ਆ ਜਿਹੜੇ ਮਜ਼ਦੂਰ ਆ ਜਿਹੜੇ ਹਮ ਖਿਆਲ ਲੋਕ ਆ ਜਿਹੜੇ ਉਹ ਸੜਕਾਂ ਦੇ ਉੱਤੇ ਸੁੱਤੇ ਆ ਕੋਈ ਕਹਿੰਦਾ ਕਹੋਂਦਾ ਨੇਤਾ ਜਿਹੜਾ ਕਹਿੰਦਾ ਜੀ ਮੈਂ ਤਾਂ ਲੋਕਾਂ ਦਾ ਬਹੁਤ ਸੱਚਾ ਸੇਵਕ ਆ 11 ਘੰਟੇ ਪੱਲੀ ਵਿਛਾ ਕੇ ਸੜਕ ਦੇ ਉੱਤੇ ਸੌਂ ਕੇ ਦਿਖਾਵੇ ਹੂੰ ਉਹ ਉੱਥੇ ਟੈਂਟ ਦੇ ਵਿੱਚ 4 ਦਿਨ ਰਹਿ ਕੇ ਵਿਖਾਵੇ ਉਹ ਟਰਾਲੀ ਦੇ ਵਿੱਚ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਪੈ ਕੇ ਦਿਖਾਵੇ ਬਹਿ ਕੇ ਦਿਖਾਵੇ ਫੇਰ ਮੰਨੀਏ ਵੀ ਇਹ ਕਿਸਾਨ ਤਾਂ ਗਲਤ ਬੈਠੇ ਤਾਂ ਇੰਜੋਏਮੈਂਟ ਕਰਨ ਦੇ ਲਈ ਆਏ ਆ ਜੀ ਘਰੇ ਬੈਠੇ ਵਿਦਵਤਾ ਖਲਾਰੀ ਜਾਂਦੇ ਆ ਅਜਨੋਂ ਸਿਆਲ ਆ ਗਏ ਹੁਣ ਹੁਣ ਰਾਤ ਨੂੰ ਹੀਟਰ ਲਾ ਕੇ ਸੌਂਿਆ ਕਰਨਗੇ ਗਰਮੀਆਂ ਦੇ ਵਿੱਚ ਜਿਹੜੇ ਗੁਸਲਖਾਨੇ ਦੇ ਵਿੱਚ ਵੀ ਅਸੀਂ ਲੱਗੇ ਆ ਰਸੋਈਆਂ ਚ ਵੀ ਲੱਗੇ ਡ੍ਰੈنگ ਰੂਮਾਂ ਚ ਵੀ ਲੱਗੇ ਆ ਇਹ ਘਰੇ ਬੈਠ ਕੇ ਵਿਦਵਤਾ ਦਾ ਪਾਠ ਪੜਾਉਣ ਵਾਲੇ ਲੋਕਾਂ ਨੂੰ ਕੀ ਕਗੇ ਤੇ ਕੀ ਨਾ ਕਗੇ ਜੀ ਟਾਣਾ ਸਾਹਿਬ ਤੁਸੀਂ ਵੇਖੋ ਕਿ ਜੇਕਰ ਪਿਕਨਿਕ ਮਨਾਉਣਾ ਸੜਕਾਂ ਦੇ ਉੱਪਰ ਸੌਣਾ ਹੁੰਦਾ ਤਾਂ ਹਾਂ ਅਸੀਂ ਪਿਕਨਿਕ ਮਨਾਈ ਆ ਜੇਕਰ ਪਿਕਨਿਕ ਮਨਾਉਣਾ ਤੁੱਪਾਂ ਨੂੰ ਆਪਣੇ ਪਿੰਡੇ ਦੇ ਉੱਤੇ ਹੰਡਾਉਣਾ ਹੁੰਦਾ ਤਾਂ ਹਾਂ ਅਸੀਂ ਪਿਕਨਿਕ ਮਨਾਈ ਆ ਜੇਕਰ ਪਿਕਨਿਕ ਮਨਾਉਣਾ ਮੀਂਹ ਨੂੰ ਸਹਿਣਾ ਹੁੰਦਾ ਭਰੇ ਪਾਣੀ ਦੇ ਵਿੱਚ ਵਿਚਰਨਾ ਹੁੰਦਾ ਤਾਂ ਫਿਰ ਹਾਂ ਅਸੀਂ ਪਿਕ ਇੱਕ ਮਨਾਈ ਹੈ ਜੇਕਰ ਗੜੇ ਮਾਰੀ ਜੇਕਰ ਤੁੱਪਾਂ ਜੇਕਰ ਠੰਣਾ ਸਭ ਕੁਝ ਹੰਡਾਉਣਾ ਆਪਣੇ ਉੱਪਰ ਇਹ ਇੱਕ ਪਿਕਨਿਕ ਮਨਾਉਣਾ ਹੁੰਦਾ ਤਾਂ ਹਾਂ ਅਸੀਂ ਪਿਕਨਿਕ ਮਨਾਈ ਹੈ ਇਹਨਾਂ ਨੂੰ ਕਦੇ ਵੀ ਸ਼ਾਇਦ ਉਹ ਚੀਜ਼ਾਂ ਨਜ਼ਰ ਹੀ ਨਹੀਂ ਆਈਆਂ ਜੋ ਅਸਲੀਅਤ ਸੀ ਉੱਥੇ ਜਿਨ੍ਹਾਂ ਲੋਕਾਂ ਨੇ ਇਸ ਅੰਦੋਲਨ ਦੇ ਦੌਰਾਨ ਆਪਣੀ ਜਾਨ ਗਵਾਈ ਜਿਹੜੇ ਸ਼ਹੀਦ ਹੋਏ ਨੇ ਪੁੱਛ ਕੇ ਵੇਖੋ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਦੋਂ ਤੁਸੀਂ ਵਾਰ-ਵਾਰ ਉਹਨਾਂ ਨੂੰ ਇਹ ਕਹਿ ਕੇ ਭੰਡਦੇ ਹੋ ਕਿ ਇਹ ਤਾਂ ਪਿਕਨਿਕਾਂ ਮਨਾਉਂਦੇ ਨੇ ਇਹ ਤਾਂ ਪਿੱਜ਼ਾ 버ਗਰ ਖਾਂਦੇ ਨੇ ਪੁੱਛ ਕੇ ਵੇਖੋ ਉਹਨਾਂ ਦੇ ਉੱਪਰ ਕੀ ਬੀਤਦੀ ਹੁੰਦੀ ਹੈ ਬਿਲਕੁਲ ਮੈਂ ਤੁਹਾਡੀ ਗੱਲ ਤੇ 100% ਦੀ ਹਰਮਨਜੀਤ ਸਹਿਮਤ ਆ ਦੇਖੋ ਇਸ ਵਕਤ ਨਾ ਗਾਲਾਂ ਕੱਢਣ ਵਾਲੇ ਲੋਕਾਂ ਦੀ ਘਾਟ ਨਹੀਂ ਮੈਨੂੰ ਕਈ ਬੰਦੇ ਕਹਿਣਗੇ ਜੀ ਕਿਸਾਨ ਅੰਦਰੋਂ ਤਾਂ ਖਿੰਡ ਗਿਆ ਮੈਂ ਕਿਹਾ ਘਰੇ ਬੈਠਿਆ ਆਪ ਜੀ ਕਿੰਨੀ ਵਾਰ ਗਏ ਜੀ ਜੇ ਤਾਂ ਗਏ ਆ ਤਾਂ ਇਹਦਾ ਸਬੂਤ ਦਿਓ ਤੇ ਜੇ ਨਹੀਂ ਗਏ ਤਾਂ ਜਬਲੀ ਨਾ ਮਾਰੋ ਦੂਜੀ ਗੱਲ ਇਹ ਆ ਮੈਂ ਕਿਹਾ 11 ਮਹੀਨੇ ਹੋ ਗਏ ਜਾਂ 1.5 ਮਹੀਨੇ ਹੋ ਗਏ ਜਦੋਂ ਵੀ ਤੁਸੀਂ ਆਪਦੇ ਟੱਬਰ ਦੇ ਵਿੱਚ 11 ਮਹੀਨੇ ਚ ਕਦੇ ਲੜੇ ਨਹੀਂ ਕੀ ਤੁਹਾਦੀ ਮਾਤਾ ਨਾਲ ਗੁੱਸੇ ਨਹੀਂ ਹੋਇਆ ਕੀ ਤੁਹਾਡੀ ਪਿਓ ਪੁੱਤ ਦੀ ਲੜਾਈ ਨਹੀਂ ਹੋਈ ਕੀ ਤੁਹਾਡੇ ਨਿਆਣਿਆਂ ਨਾਲ ਨਹੀਂ ਲੜਿਆ ਤੂੰ ਆਪ ਦੇ ਗਲੀ ਗਵਾਂਢ ਦੇ ਵਿੱਚ ਕਿਸੇ ਨਾਲ ਤਲਖ ਕਲਾਮੀ ਨਹੀਂ ਹੋਈ ਕਿਸੇ ਨਾਲ ਵਿਚਾਰ ਧਾਰਕ મતਭੇਦ ਨਹੀਂ ਹੋਏ ਆਪ ਤਾਂ ਆਪ ਤੌਲੀਏ ਪਿੱਛੇ ਲੜ ਪੈਨੇ ਆ ਪਹਿਲਾਂ ਮੈਂ ਨਾਉਣਾ ਇਹਦੇ ਪਿੱਛੇ ਲੜ ਪੈਨੇ ਆ ਮੈਂ ਪਹਿਲਾਂ ਜੰਗਲ ਪਾਣੀ ਜਾਣਾ ਇਹਦੇ ਪਿੱਛੇ ਲੜ ਪੈਨੇ ਆ ਆਪਾਂ ਕਹਿੰਦੇ ਨਾ ਮੈਂ ਪਹਿਲਾਂ ਰੋਟੀ ਖਾਣੀ ਇਹਦੇ ਪਿੱਛੇ ਲੜ ਪੈਨੇ ਆ ਉੱਥੇ ਬੈਠ ਕੇ ਖਾਉਂਦੇ ਪਿੱਛੇ ਲੜ ਪੈਨੇ ਆ ਭਿੰਡੀਆਂ ਕੋ ਬਣਾਈਆਂ ਕਦੂ ਕਿਉਂ ਨਹੀਂ ਬਣਾਈਏ ਇਹਦੇ ਪਿੱਛੇ ਲੜ ਪੈਨੇ ਆ ਤੇ ਆਪਾਂ ਗੱਲਾਂ ਉਹਨਾਂ ਬਾਰੇ ਕਰਦੇ ਆ ਜਿਹੜੇ ਕਿ ਇਸ ਵੇਲੇ ਖੇਤਾਂ ਨੂੰ ਬਚਾਉਣ ਦੀ ਫਸਲਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਜੀ ਔਰ ਉਹਨਾਂ ਵਿੱਚ ਉਹ ਲੋਕ ਵੀ ਸ਼ਾਮਿਲ ਨੇ ਜਿਨ੍ਹਾਂ ਕੋਲ ਸ਼ਾਇਦ 1 ਇੰਚ ਵੀ ਜ਼ਮੀਨ ਦਾ ਨਾ ਹੋਵੇ ਪਰ ਉਹਨਾਂ ਦੀ ਜ਼ਮੀਰ ਜਿਉਂਦੀ ਹੈ ਉਹ ਜ਼ਮੀਰ ਜਿਉਂਦੀ ਹੋਣ ਦਾ ਕਰਕੇ ਆਪਣੇ ਭਰਾਵਾਂ ਦਾ ਆਪਣੀਆਂ ਭੈਣਾਂ ਦਾ ਸਾਥ ਦੇ ਰਹੇ ਨੇ ਉੱਥੇ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਤੇ ਆਪਣੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਮੈਨੂੰ ਨਾ ਦੁ ਵੀ ਬਹੁਤ ਸਾਰੇ ਲੋਕ ਜਦੋਂ ਕਿਸੇ ਦੇ ਬਾਰੇ ਅਪਸ਼ਬਦ ਲਿਖਦੇ ਆ ਕਿ ਫਲਾਣਾ ਵਿੱਕ ਗਿਆ ਤੇ ਥੱਲੇ ਜਿਹੜੇ ਝੋਲੀ ਚੱਕ ਜੇ ਹੁੰਦੇ ਉਹਨਾਂ ਨੂੰ ਪਤਾ ਕੱਖ ਦਾ ਹੁੰਦਾ ਨਹੀਂ ਉਹ ਥੱਲੇ ਐਵੇਂ ਲਿਖ ਜਾਣਗੇ ਇਹ ਹੈ ਹੀ ਕੰਜਰ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਮੈਨੂੰ ਪਤਾ ਹੀ ਸੀ ਇਹ ਤਾਂ ਹੁੰਦਾ ਹੀ ਏਦਾਂ ਇਹ ਤਾਂ ਫਲਾਣਾ ਹੀ ਸੀ ਵੀ ਆਪ ਜੀ ਦੀ ਕੋਈ ਪਛਾਣ ਹੈ ਆਪ ਜੀ ਨੇ ਕੁਛ ਨਹੀਂ ਕੀਤਾ ਨਾ ਗਲੀਲੀ ਕੀਤਾ ਨਾ ਗਵਾੜਲੀ ਕੀਤਾ ਨਾ ਕਲੱਬਲੀ ਕੀਤਾ ਨਾ ਪਿੰਡਲੀ ਕੀਤਾ ਨਾ ਪੱਤੀਲੀ ਕੀਤਾ ਪਰ ਆਪਾਂ ਬਸ ਐਂ ਕਰਨਾ ਤੇ ਆਪਾਂ ਐਂ ਕਰਦੇ ਕਰਦੇ ਤੁਹਾਨੂੰ ਤੁਰ ਜੰਨੇ ਆ ਮੈਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਆ ਜਾਨਾ ਸਾਹਿਬ ਜਿਹੜੇ ਲੋਕ ਮਾੜਾ ਕਹਿੰਦੇ ਨੇ ਕਿਸਾਨਾਂ ਨੂੰ ਜਿਹੜੇ ਲੋਕ ਮਾੜਾ ਕਹਿੰਦੇ ਨੇ ਮਜ਼ਦੂਰਾਂ ਨੂੰ ਜਿਹੜੇ ਲੋਕ ਕਿਸੇ ਨੂੰ ਵੀ ਮਾੜਾ ਕਹਿੰਦੇ ਨੇ ਠੀਕ ਹੈ ਮੰਨ ਲੀਏ ਇੱਕ ਸੈਕਿੰਡ ਲਈ ਕਿਉਂ ਮਾੜੇ ਨੇ ਕਰੋ ਉਹਨਾਂ ਨੂੰ ਪਿੱਛੇ ਆਪ ਲੱਗੋ ਮੋਰੇ ਆਪਾਂ ਮੋਰੇ ਵੀ ਨਹੀਂ ਲੱਗਣਾ ਆਪਾਂ ਨੂੰ ਆਪਣੀ ਜਾਨ ਵੀ ਬੜੀ ਪਿਆਰੀ ਹੈ ਆਪਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਪਾਉਣਾ ਚਾਹੁੰਦੇ ਆਪਾਂ ਆਪਣੇ ਹੱਕਾਂ ਲਈ ਲੜਨਾ ਵੀ ਨਹੀਂ ਚਾਹੁੰਦੇ ਆਪਾਂ ਨੂੰ ਇਹ ਹੈ ਕਿ ਹੱਕ ਤਾਂ ਮੇਰੇ ਵੀ ਨੇ ਪਰ ਲੜ ਫਲਾਣਾ ਲਵੇ ਨਾ ਉਹਨੂੰ ਹੱਕ ਮਿਲਣਗੇ ਤਾਂ ਮੈਨੂੰ ਤਾਂ ਆਪਣੇ ਆਪ ਹੀ ਮਿਲ ਜਾਣਗੇ ਤੰਗ ਤਾਂ ਮੈਂ ਵੀ ਆ ਪਰ ਮੇਰੀ ਥਾਂ ਤੇ ਫਲਾਣਾ ਬੋਲੇ ਨਾ ਜਦ ਉਹ ਬੋਲੂਗਾ ਤਾਂ ਰੌਲਾ ਆਪੇ ਪਊਗਾ ਤੇ ਆਪੇ ਮੇਰੀ ਤੰਗੀ ਦੂਰ ਹੋ ਜਾਊਗੀ ਇਦਾਂ ਨਹੀਂ ਸਰਨਾ ਜੇਕਰ ਇਦਾਂ ਹੀ ਸਰਦਾ ਰਿਹਾ ਤਾਂ ਅੱਜ ਆਪਾਂ ਵੇਖ ਹੀ ਰਿਆਂ ਹਾਲਾਤ ਕੀ ਹੋ ਗਏ ਉਹ ਗਾਲਾਂ ਕੱਢਣ ਵਾਲੇ ਪਹਿਲਾਂ ਤਾਂ ਕਿਸਾਨਾਂ ਨੂੰ ਕੱਢੀ ਗਏ ਹੂੰ ਫਿਰ ਉਸ ਤੋਂ ਬਾਅਦ ਲਗਪੇ ਢੱਡਰਾਂ ਵਾਲਿਆਂ ਨੂੰ ਕੱਢਣ ਹੂੰ ਤੇ ਅਗਲੇ ਦਿਨ ਲਗਪੇ ਦੇਹਿੰਗ ਸਿੰਘਾਂ ਨੂੰ ਕੱਢਣ ਤੇ ਮੈਂ ਕਿਹਾ ਆਪ ਜੀ ਦਾ ਕੋਈ ਵਜੂਦ ਹੈ ਜਾਂ ਆਪ ਜੀ ਤੜੇੜਾ ਰੁਕ ਜਾਂਦੇ ਪਹਿਲਾਂ ਪੂਰੀ ਤਸਵੀਰ ਸਮਝ ਲੈਂਦੇ ਵੀ ਭਾਈ ਅਸਲ ਦੇ ਵਿੱਚ ਗਲਤ ਕੌਣ ਆ ਇੰਨੀ ਕਾਲੀ ਗਾਲ ਆਈ ਹੈ ਇੰਨੀ ਕਾਲੀ ਕੁਝ ਵੀ ਨਹੀਂ ਆਉਂਦਾ ਬੰਦੇ ਨੂੰ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਵੀ ਤੁਸੀਂ ਥੋੜਾ ਜਿਆ ਤਰਕ ਨਾਲ ਗੱਲ ਕਰੋ ਹਨਾ ਕਿਸੇ ਨੂੰ ਵੀ ਪਸੰਦ ਨਾ ਪਸੰਦ ਕਰਦੇ ਹੋ ਸਕਦੇ ਹੋ ਤਰਕ ਦੇ ਨਾਲ ਉਹਦਾ ਉੱਤਰ ਦਿਓ ਗਾਲਾਂ ਕੱਢਣਾ ਕਿਸੇ ਮਸਲੇ ਦਾ ਹੱਲ ਥੋੜੀ ਆ ਸ਼ਬਦ ਗੁਰੂ ਆ ਜੀ ਸ਼ਬਦ ਗੁਰੂ ਆ ਸਾਡੇ ਲਈ ਸਿੱਖਾਂ ਦੇ ਲਈ ਜਾਪਾ ਕਿਸੇ ਲਈ ਵੀ ਕਹਿ ਗਿਆ ਪੱਕ ਸਿੱਖ ਭਾਈ ਚਾਰੇ ਦੀ ਗੱਲ ਨਹੀਂ ਕਰਨ ਦੇ ਕੱਲੇ ਨਹੀਂ ਬਾਕੀਆਂ ਦੇ ਲਈ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਆਂ ਇਹਦੇ ਜ਼ਰੀਏ ਬਿਲਕੁਲ ਜੇਕਰ ਸ਼ਬਦ ਗੁਰੂ ਆ ਤੇ ਫਿਰ ਆਪਦੇ ਸ਼ਬਦਾਂ ਦੀ ਚੋਣ ਤਾਂ ਸਹੀ ਕਰ ਲੋ ਤੁਹਾਡੇ ਸ਼ਬਦ ਹੀ ਨਹੀਂ ਸੁੱਚੇ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਸ਼ਬਦਾਂ ਦੀ ਚੋਣ ਕੀ ਕਰਨੀ ਹੈ ਤੇ ਹੱਲੇ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆਂ ਕਿ ਅਸੀਂ ਤਾਂ ਸਾਡੇ ਤੋਂ ਵੱਧ ਗਿਆਨੀ ਕੋਈ ਨਹੀਂ ਗਿਆਨੀ ਅਸਲ 'ਚ ਉਹ ਹੁੰਦਾ ਜਿਹਨੂੰ ਸ਼ਬਦਾਂ ਦੀ ਮर्यादा ਪਤਾ ਹੋਵੇ ਜਿਹਨੂੰ ਸ਼ਬਦਾਂ ਨੂੰ ਕਿਵੇਂ ਵਰਤਣਾ ਇਹ ਪਤਾ ਹੋਵੇ ਤੇ ਜਿਨ੍ਹਾਂ ਕੋਲ ਸ਼ਬਦਾਂ ਦੇ ਭੰਡਾਰ ਹੋਣ ਏ ਨਹੀਂ ਕਿ ਗਾਲ ਆਈ ਤਾਂ ਗਾਲੀ ਕੱਢਦੇ ਹੋ ਜੋ ਮੂੰਚ ਆਇਓ ਕਹਿੰਦੇ ਇਦਾਂ ਨਹੀਂ ਸੋਤ ਸਾਰੇ ਮਜ਼ਦੂਰ ਇਕਤਾ ਜਿੰਦਾਬਾਦ ਆ ਕਿਸਾਨ ਜਿੱਤ ਕੇ ਮੁੜਨ ਏਰੀਏ ਸੀ ਕੰਮ ਨਾ ਕਰਦੇ ਸੇਰਾ ਕੋਈ ਵੀ ਲੈ ਲੇ ਆਪਾਂ ਇਹ ਗੱਲ ਕਹਿੰਨੇ ਕੈਪਟਨ ਮਰਿੰਦਰ ਸਿੰਘ ਤਾਂ ਤਾਮਪੋਲ ਬਣ ਰਿਹਾ ਕਿਉਂਕਿ ਉਹਨੇ ਮਸਲਾ ਹੱਲ ਕਰਵਾ ਕੇ ਫਾਇਦਾ ਖੱਟਣਾ ਫਾਇਦਾ ਲੈਣਾ ਨਾ ਦੇਣਾ ਇਹ ਤਾਂ ਬਾਅਦ ਦੀ ਗੱਲ ਆ 2022 ਦੇ ਵਿੱਚ ਮਸਲਾ ਹੱਲ ਨਹੀਂ ਹੋਣੇ ਦੇ ਵਿੱਚ ਪਹਿਲਾਂ ਮਸਲਾ ਹੱਲ ਹੋ ਜੇ ਇਹ ਸੁਖਬੀਰ ਸਿੰਘ ਬਾਦਲ ਹੋਰੀ ਮਸਲਾ ਹੱਲ ਕਰਵਾ ਦੇਣ ਕੇਦਰੀਵਾਲ ਹੋਰੀ ਕਰਵਾ ਦੇਣ ਕੋਈ ਵੀ ਕਰਵਾ ਦੇਵੇ ਮਸਲਾ ਹੱਲ ਕਰਵਾ ਦੇਣ ਕਿਸਾਨ ਜੇਤੂ ਰੌਣ ਦੇ ਵਿੱਚ ਘਰ ਆਉਣ ਵੋਟਾਂ ਕਿਹਨੂੰ ਪਾਉਣੀਆਂ ਨਹੀਂ ਪਾਉਣੀਆਂ ਇਹ ਬਾਦ ਦੀ ਮਰਜ਼ੀ ਹੈ ਜੀ ਨਾਲੇ ਲੋਕਾਂ ਦੀ ਆਪਣੀ ਮਰਜ਼ੀ ਆ ਹਰਮਨਜੀਤ ਚੀਨ ਦੇ ਇੱਕ ਬੰਦੇ ਨੇ ਨਾ ਧਰਨੀ ਕੱਢਤੀ ਉੱਥੇ ਬੈਂਕ ਵਾਲਿਆਂ ਦੀ ਕੀ ਹੋਇਆ ਮੈਂ ਤਾਂ ਹੈਰਾਨ ਰਹਿ ਗਿਆ ਉਹਨੂੰ ਧਰਨ ਕੱਢਣੀ ਮੈਨੂੰ ਗੁੱਸਾ ਹੀ ਆਦਾ ਮੇਰੇ ਤਾਂ ਕਹਿਣ ਦਾ ਭਾਵੇਂ ਸੀ ਵਟ ਕੱਢਦੇ ਉਹਨੇ ਜੀ ਉਹ ਗਿਆ ਉੱਥੇ ਬੈਂਕ ਦੇ ਵਿੱਚ ਤੇ ਜਿਹੜਾ ਉੱਥੇ ਸੁਰੱਖਿਆ ਕਰਮਚਾਰੀ ਹੁੰਦਾ ਸਿਕਿਉਰਟੀ ਵਾਲਾ ਉਹ ਉਹਨੂੰ ਗਲਤ ਬੋਲਿਆ ਹਾਂ ਨਾ ਮਾਸਕ ਨਹੀਂ ਪਾਇਆ ਉਹਨੇ ਉੱਥੇ ਆਪਦੀ ਭਾਸ਼ਾ ਰੱਖ ਕੇ ਕਿ ਤੋ ਪਾ ਨੇ ਤੂੰ ਤੋ ਮਾ ਸੇ ਕਿ ਪਾਣੀ ਇਹ ਤਾਂ ਗੁੱਸੇ ਚ ਨਹੀਂ ਲੱਗ ਰਿਹਾ ਇਹ ਉਹਨਾਂ ਦਾ ਗੁੱਸਾ ਵੀ ਆ ਹੀ ਹੁੰਦਾ ਨਾ ਜੀ ਜੀ ਹਾਂ ਪਰ ਉਹ ਗੁੱਸੇ ਤੇ ਬੰਦਾ ਵੀ ਆ ਗਿਆ ਅੱਗੋਂ ਉਹ ਕਹਿੰਦਾ ਯਾਰ ਮੇਰਾ 5 5.5 ਕਰੋੜ ਰੁਪਏ ਇੱਥੇ ਪਿਆ ਬੋਲਦਾ ਕਿ ਮੈਂ ਤੂੰ ਨਹੀਂ ਤੇ ਉਹਦਾ ਮਾਸਕ ਨਾਲ ਕੀ ਸੰਬੰਧ ਆ ਉਹ ਬੰਦਿਆਂ ਨੂੰ ਤਾਂ ਬੋਲੇ ਨਾ ਵੀ ਮਾਸਕ ਨਹੀਂ ਪਾਇਆ ਇਹ ਤਾਂ ਠੀਕ ਹੈ ਜੇ ਉਹ ਕਹਵੇ ਮਾਸਕ ਨਹੀਂ ਪਾਇਆ ਤੂੰ ਹਾਂ ਤੇ ਬੰਦੇ ਨੂੰ ਗੁੱਸਾ ਆ ਜਾਂਦਾ ਤੁਸੀਂ ਕਹੋ ਜੀ ਸਰ ਪਲੀਜ਼ ਮਾਸਕ ਪਹਿਨ ਲਓ ਆਏ ਹਾਏ ਔਰ ਮੈਨੇ ਵੀ ਤਾਂ ਪਹਿਨਾ ਹੋਇਆ ਹੈ ਔਰ ਸਾਰੇ ਸਟਾਫ ਨੇ ਪਹਿਨਾ ਹੋਇਆ ਹੈ ਇਹ ਚਾਈਨੀਜ਼ ਠਿਕਾਓ ਇਹ ਤਾਂ ਮਾਸਕ ਨਹੀਂ ਠੀਕ ਆ ਤੁਸੀਂ ਜਲਦੀ ਸਿਟੀਜ਼ਨ ਜੀ ਬੁਲਾਉਂਗੇ ਚਾਈਨਾ ਵਾਲੀ ਚਾਈਨਾ ਨਹੀਂ ਮੈਂ ਨਹੀਂ ਤੁਹਾਡਾ ਕੀ ਪਤਾ ਵੁਹਾਨ ਦੀ ਲੈਬ ਚ ਛੱਡ ਦੋ ਮੈਨੂੰ ਉਹ ਨਹੀਂ ਨਹੀਂ ਅੱਛਾ ਫੇਰ ਲਓ ਜੀ ਉਸ ਤੋਂ ਬਾਅਦ ਬੰਦੇ ਨੂੰ ਆ ਗਿਆ ਗੁੱਸਾ ਉਹ ਕਹਿੰਦਾ ਦੇਖੋ ਗੱਲ ਇਹ ਆ ਵੀ ਅੱਜ ਮੇਰਾ ਖਾਤਾ ਇੱਥੇ ਬੰਦ ਹੋਊਗਾ। ਆਹਾ ਉਹਨੇ ਜੇ ਪਾਲਿਆ ਰੌਲਾ ਉੱਥੇ ਮੈਨੇਜਰ ਕੋਲੇ ਕਹਿੰਦਾ ਵੀ ਮੇਰਾ ਖਾਤਾ ਕਰੋ ਬੰਦ ਜਿਹੜੇ ਮੇਰੇ ਪੈਸੇ ਆ ਗਿਣ ਕੇ ਫੜਾਓ ਮੈਨੂੰ ਸਾਰੇ। ਹੁਣੇ ਹੋ ਜੋ ਉਹ ਕਹਿੰਦਾ ਵੀ ਇਹ ਤਾਂ ਬਹੁਤ ਜ਼ਿਆਦਾ ਪੈਸੇ ਤੇਰੇ ਉਹ ਜਿਹੜੀ ਉੱਥੋਂ ਦੀ ਕਰੰਸੀ ਆ ਕਹਿੰਦੇ ਵੀ ਐ ਤਾਂ ਢੇਰ ਲੱਗ ਜਾਣਾ ਕਹਿੰਦਾ ਬੈਗ ਲਿਆਓ ਸਾਰੇ ਬੰਦੇ ਲਾਓ ਪੈਸੇ ਗਿਣੋ ਇੱਥੇ। ਮੈਂ ਕੱਲਾ ਕੱਲਾ ਪੈਸਾ ਲੈ ਕੇ ਜਾਣਾ ਜਿੱਥੋਂ ਕੱਲਾ ਕੱਲਾ। ਹਮ ਲਓ ਜੀ 5 ਕਰੋੜ 60 ਲੱਖ ਤੇ ਕੁਸ਼ ਰੁਪਏ ਬਣੇ ਉਹ। ਹਾਂ ਤੜਾ ਚਿੜੇ ਦੇ ਕੰਨਰ ਕੇ ਉਨੇ ਗੱੜੇ ਲਾਤੇ ਸਾਰੇ ਮੈਂ ਲਾਤੇ ਉਹਨੇ ਬੈਗ ਦੇ ਬੈਗ ਭਰਾਏ ਕਹਿੰਦਾ ਐ ਰੱਖ ਕਰੋ ਹੁਣ ਗੱਡੀ ਚ ਰੱਖੋ ਟੈਕਸੀ ਰੱਖੋ ਨਾ ਹਾਂ ਮੈਂ ਸਿੱਧਾ ਕਿਸੇ ਹੋਰ ਬੈਂਕ ਦੇ ਵਿੱਚ ਚਲੇ ਜਾਹੇ ਖਾਤਾ ਖੋਲੂ ਨਹੀਂ ਇੱਕ ਮਿੰਟ ਜੇ ਬੰਦਾ ਇੰਨਾ ਮੇਸ ਉਹਨੇ ਟੈਕਸੀ ਕਿਉਂ ਰੱਖੀ ਹੋਈ ਸੀ ਉਹਨੇ ਕੀ ਹੋਊਗਾ ਅੱਛਾ ਉਹ ਹੁਣ ਇੱਕ ਟੈਕਸੀ ਇੱਕ ਆਪਦੀ ਗੱਡੀ 'ਚ ਆਇਆ ਉਹ ਨਹੀਂ ਚਾਹੁੰਦਾ ਖੜਾ ਮੈਂ ਆਪਦੀ ਗੱਡੀ 'ਚ ਰੱਖਾਂ ਐਦਾਂ ਦੱਸਦਾ ਜਾ ਉਹਨੇ ਕਹਤਾ ਹੁਣ ਮੇਰੀ ਗੱਡੀ 'ਚ ਰੱਖੋ ਮੇਰੀ ਖਬਰ ਦੇ ਵਿੱਚ ਟੈਕਸੀ ਲਿਖਿਆ ਸੀਗਾ ਠੀਕ ਹੈ ਨਾ ਸਮਝਿਆ ਕਰੋ ਪਰ ਕਹਿੰਦੇ ਤਾਂ ਭਾਵੇਂ ਜੀ ਕਿ ਉਹ ਬੰਦੇ ਨੇ ਆਪਦੀ ਜ਼ਿੱਦ ਭਗਾਈ ਅੱਛਾ ਜੀ ਉਹ ਟੜੰਗ ਬੜੰਗ ਨਹੀਂ ਸੁਣਨੀਗੀ ਮੇਰੇ ਨਾਲ ਬੋਲਣਾ ਪਿਆਰ ਨਾਲ ਜੀ ਇਹ ਨਹੀਂ ਵੀ ਨਾਲੇ ਪੈਸੇ ਦਿੰਨੇ ਆ ਹੂੰ ਨਾਲੇ ਤੁਸੀਂ ਵਿਆਜ ਨਹੀਂ ਦਿੰਦੇ ਹੁਣ ਲਗਾਤਾਰ ਘਟਾਈ ਜਾਂਦੇ ਆ ਤੇ ਮੈਂ ਇਦਾਂ ਦੀ ਗੱਲਾਂ ਨਹੀਂ ਸੁਣਦਾ ਕਹਣਾ ਸਾਹਿਬ ਇਹ ਗੱਲ ਕਹਾਂ ਵਾਰਕਾ ਤੁਹਾਨੂੰ ਬਹੁਤ-ਬਹੁਤ ਕਹ ਰਹੀਆਂ ਮੈਨੂੰ ਅੱਜ ਤਾਈਂ ਇਹੀ ਭਲੇਖਾ ਸੀ ਵੀ ਤੁਹਾਨੂੰ ਪੰਜਾਬੀ ਹਿੰਦੀ ਅੰਗਰੇਜ਼ੀ ਹੋਈ ਆਉਂਦੀ ਆ ਤੁਹਾਨੂੰ ਤਾਂ ਚਾਈਨੀਜ਼ ਵੀ ਆਉਂਦੀ ਆ ਯਾ ਚਾਈਨੀਜ਼ ਤੇ ਯਾ ਨਹੀਂ ਹੁੰਦਾ ਜੀ ਤਸੀਂ ਤਾਂ ਚਾਈਨੀਜ਼ ਭਾਸ਼ਾ ਵੀ ਸਮਝਦੇ ਨਹੀਂ ਆਂ ਫਿਰ ਮੈਨੂੰ ਤਾਂ ਇਹ ਲੱਗਿਆ ਵੀ ਜਿਵੇਂ ਜਦੋਂ ਨੇ ਦਬਕਾ ਮਾਰਿਆ ਨਾ ਉਹ ਬੈਂਕ ਵਾਲੇ ਨੇ ਉਹਨੂੰ ਤੁਸੀਂ ਕੋਲ ਹੀ ਖੜੇ ਸੀ ਜਾਂ ਤੁਸੀਂ ਵੀ ਬੈਂਕ ਗਏ ਭਾਵਨਾ ਸਮਝਿਆ ਕਰੋ ਹਾਂਜੀ ਉਹ ਬੰਦੇ ਨੂੰ ਗੁੱਸਾ ਆਇਆ ਤੇ ਬੰਦੇ ਨੇ ਆਪਦਾ ਇਹ ਹੱਲ ਕੱਢਿਆ ਦੇਖੋ ਗੱਲ ਇਹ ਹੈ ਕਿ ਸਬਇਕ ਤਰੀਕੇ ਨਾਲ ਬੋਲਣਾ ਚਾਹੀਦਾ ਚਾਹੇ ਉਹਦਾ 5.5 ਕਰੋੜ ਬੈਂਕ 'ਚ ਹੋਵੇ ਭਾਵੇਂ ਨਾ ਹੋਵੇ ਭਾਵੇਂ 5 ਰੁਪਏ ਹੀ ਹੋਣ ਤੇ ਭਾਵੇਂ ਨਵਾਂ ਹੀ ਖਾਤਾ ਖੁਲੋਣ ਆਇਆ ਹੋਵੇ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਦੇ ਨਾਲ ਚਾਹੇ ਉਹ ਕਿਸੇ ਵੀ ਅਹੁਦੇ ਤੇ ਹੋਵੇ ਉਹਨਾਂ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਸਬਇਕ ਤਰੀਕੇ ਨਾਲ ਗੱਲ ਕਰਨੀ ਚਾ ਦਾ ਉਹ ਬੰਦਾ ਤੇ ਉਹ ਆ ਕੇ ਕਹਿੰਦਾ ਇਦਾਂ ਤੇ ਬੈਂਕ ਵਾਲੇ ਨੇ ਕਿਹਾ ਸੀ ਅੱਗੋਂ ਬਦਤ ਪਿਆ ਹੁਣ ਇਹ ਧੋਪਾਂ ਨੇ ਪੂਪਰੇ ਆ ਨਹੀਂ ਪੋਨੋ ਉਹਨਾਂ ਬਾਹਰ ਚੱਲ ਲੰਚ ਟਾਈਮ ਆ ਨਹੀਂ ਨਹੀਂ ਫੇ ਉਹਨਾਂ ਨੇ ਕਿਹਾ ਸੀ ਸਾਣੀ ਦਿਨ ਬੰਦ ਹੋਣਾ ਅੱਜ ਸ਼ੁੱਕਰਵਾਰ ਆਹੀਂ ਕੰਪਿਊਟਰ ਨਹੀਂ ਚੱਲਦਾ ਹਾਂ ਆ ਲਾਈਟਾਂ ਨਹੀਂ ਗਈ ਆ ਤੇਰਾ ਪ੍ਰਿੰਟਰ ਨਹੀਂ ਨਿਕਲਣਾ ਦਾ ਸਰਵਰ ਡਾਊਨ ਅੱਜ ਬਈ ਬੜ ਗਿਆ ਆਪਣੇ ਪਾਪੜੇ ਆ ਹੀ ਰਹਿ ਜਾਣੇ ਸੀ ਸਹੀ ਗੱਲ ਆ ਮੈਂ ਨਾ ਇੱਕ ਵਾਰੀ ਇੱਕ ਸਰਕਾਰੀ ਦਫ਼ਤਰ ਚ ਗਿਆ ਸਾਰੇ ਤਾਂ ਇੱਕੋ ਜਿਹੇ ਨਹੀਂ ਉਹ ਮੈਂ ਕਿਹਾ ਜੀ ਮੇਰਾ ਕੰਮ ਕਰ ਦਿਓ ਉਹ ਕਹਿੰਦੀ ਮੈਂ ਬਿਜ਼ੀ ਹਾਂ ਮੈਂ ਕਿਹਾ ਹੋ ਜਾਣਾ ਬਿਜ਼ੀ ਹੋਵੇ 5 7 10 ਮਿੰਟ ਬਾਅਦ ਫ੍ਰੀ ਹੋ ਜੂਗੀ ਵਿਲੀ ਹੋ ਜੂ ਉਦੋਂ ਮੇਰਾ ਕੰਮ ਕਰ ਲੂ ਮੈਂ ਬੈਠ ਗਿਆ ਮੈਨੂੰ ਕਹਿੰਦੀ ਆਪ ਵਾਹ ਵੇਟ ਕੀ ਜੀਏ ਮੈਂ ਵੇਟ ਕਰਨ ਲੱਗ ਪਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਖਬਾਰ ਪਿਆ ਸੀ ਮੈਂ ਅਖਬਾਰ ਪੜੀ ਗਿਆ ਮੈਂ 20 ਮਿੰਟ ਬਾਅਦ ਫੇਰ ਗਿਆ ਮੈਂ ਕਿਹਾ ਜੀ ਹੁਣ ਤਾਂ ਮੇਰਾ ਮਸਲਾ ਹੱਲ ਕਰ ਦਿਓ ਕਹਿੰਦੀ ਬੋਲਿਆ ਨਾ ਆ ਵੇਟ ਕੀ ਜੀਏ ਮੈਂ ਫੇਰ ਲੱਗ ਪਿਆ ਵੇਟ ਕਰਨ ਅੱਛਾ ਮੈਂ ਫੇਰ ਗਿਆ 10 ਮਿੰਟ ਬਾਅਦ ਮੈਂ ਕਿਹਾ ਜੀ ਮੇਰਾ ਹੁਣ ਦਫਤਰ ਦਾ ਵਕਤ ਹੋਈ ਜਾਂਦਾ ਮੈਂ ਦਿਹਾੜੀ ਵੀ ਲਾਉਣੀ ਥੋੜੀ ਤਾਂ ਲੱਗੀ ਜਾਂਦੀ ਹੈ ਮੇਰੀ ਤਾਂ ਲੱਗੂ ਜੇ ਮੈਂ ਪਹੁੰਚਿਆ ਰੱਬ ਦਾ ਵਾਸਤਾ ਮੇਰਾ ਕੰਮ ਕਰ ਦਿਓ ਮੇਰਾ ਮਸਲਾ ਹੱਲ ਕਰ ਦਿਓ ਮਸਲਾ ਕਿਹੜਾ ਬੜਾ ਵੱਡਾ ਕਹਿੰਦੀ ਸਮਾਂ ਹੈ ਨਹੀਂ ਨਾ ਹਲੇ ਮੈਂ ਹੋਰ ਵੀ ਤਾਂ ਕੰਮ ਕਰਨੇ ਆ ਨਾ ਐਂ ਜੇ ਕੀਤਾ ਨਹੀਂ ਆ ਐਂ ਜੇ ਮੈਂ ਉੱਤੋਂ ਦੀ ਗਿਆ ਚੋਰ ਆਖਦੀ ਨਾ ਵੇਖਿਆ ਉਹ ਕਤਾਸ਼ ਜੀ ਖੜੀ ਜਾਵੇ ਐਂ ਜੇ ਕਰਕੇ ਪੱਤੇ ਜਦਾਂ ਉਹ ਉਹ ਮੈਂ ਕਿਹਾ ਬਾਂਦਰ ਮੈਂ ਕਿ ਆਪ ਜੀ ਦੇ ਸਾਰੇ ਦਫਤਰ ਵਾਲੇ ਹਾਂ ਇੰਨਾ ਮਾੜਾ ਹਾਲ ਤੇ ਮੈਂ ਕਿਹਾ ਆਹ ਕੀਆ ਆਪ ਜੀ ਬਿਜ਼ੀ ਹੋ ਹਮ ਆਪ ਜੀ ਕੋ ਤਨਖਾਹ ਇਸ ਬਾਤ ਕੇ ਲਿਏ ਮਿਲਤੀ ਹੈ ਸ਼ਰਮ ਕਿਉਂ ਨਹੀਂ ਕਰਤੇ ਆਪ ਹਿੰਦੀ ਜੀ ਹੋ ਗਿਆ ਮੈਂ ਹੋ ਗਿਆ ਹਿੰਦੀ ਜੀ ਫਿਰ ਸਿੱਧਾ ਹੀ ਓਏ ਹੋਏ ਫਿਰ ਉਹਨੂੰ ਸਮਝ ਹੀ ਨਾ ਲੱਗੇ ਮੈਂ ਕੀ ਕਰਾਂ ਫਿਰ ਮੈਨੂੰ ਕਰੀਏ ਚਾਹ ਪੀਓਗੇ ਮੈਂ ਕਿਹਾ ਤੁਹਾਡਾ ਹਾਂ ਹਾਂ ਕੁਛ ਨਹੀਂ ਹੋਕਈ ਹੈ ਹਾਂ ਬਈ ਇਦਾਂ ਦੁੱਖ ਦਿੰਦੇ ਆ ਜੀ ਬਤਾਂ ਕੀ ਹੈ ਸਰ ਇਹੀ ਕਾਰਨ ਹੈ ਕਿ ਬਹੁਤੇ ਲੋਕ ਜਿਹੜੇ ਸਰਕਾਰੀ ਮੈਹਕਮੇ ਚ ਕਿਸੇ ਵੀ ਕੰਮ ਨੂੰ ਕਰਵਾਉਣ ਲਈ ਜਾਂਦੇ ਤੋਂ ਡਰਦੇ ਨੇ ਬੰਦੇ ਨੂੰ ਪਤਾ ਹੁੰਦਾ ਹੈ ਵੀ ਪਹਿਲੇ ਦਿਨ ਤਾਂ ਮੇਰਾ ਕੰਮ ਨਹੀਂ ਹੋਣਾ ਬਹੁਤ ਘੱਟ ਇਹੋ ਜਿਹੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਵਾਕਈ ਸ਼ਿੱਦਤ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ ਵੀ ਬੰਦਾ ਆਇਆ ਇੰਨੀ ਦੂਰੋਂ ਇਹਦਾ ਕੰਮ ਕਰਕੇ ਇਹਨੂੰ ਤੋਰੀਏ ਹੈਨਾ ਨਹੀਂ ਤਾਂ ਜ਼ਿਆਦਾਤਰ ਤਾਂ ਉਚਾਈ ਨਹੀਂ ਮੁੱਕੂਗੀ ਹੌਲੀ ਹੌਲੀ ਲੱਗੇ ਹੋਇਆ ਜਾਂ ਫਾਈਲ ਹੀ ਨਹੀਂ ਲੱਭੂਗੀ ਮੈਂ ਖਾ ਜੀ ਜੇ ਆਪ ਜੀ ਇੱਥੋਂ ਦੇ ਜੰਪੜ ਲਾ ਨਾ ਐ ਕਰਨਾ ਜਾਣਦੇ ਆ ਤੇ ਮੈਂ ਵੀ ਇੱਥੋਂ ਦਾ ਜੰਮਿਆ ਹਾਂ ਮੈਨੂੰ ਵੀ ਪਤਾ ਆ ਪੰਜ ਕੀ ਕਰਦੇ ਹੋ ਹਾਂ ਜਦੋਂ ਲਾਏ ਚੌਕੇ ਛੱਕੇ ਹੂੰ ਤੇ ਸਾਡੀ ਟੀਮ ਗਈ ਹਾਰ ਤੇ ਉਸ ਤੋਂ ਬਾਅਦ ਧਰਮ ਤੇ ਜਾਤ ਦਾ ਰੌਲਾ ਪਾ ਕੇ ਬੈ ਗਏ ਤੁਸੀਂ ਜਿੱਤੋਂ ਸ਼ੁਰੂ ਹੋਏ ਸੀ ਨਾ ਹਾਂ ਮੈਨੂੰ ਅਨਲ ਵੇਚਦਾ ਉਹ ਬਿਆਨ ਚਿੱਤੇ ਆ ਗਿਆ ਮੈਂ ਕਿਹਾ ਉਹ ਤੁਹਾਡੇ ਬਾਰੇ ਵੀ ਇਹੀ ਕਹੂਗਾ ਉਹ ਕਹਿੰਦਾ ਵੀ ਜਿਹੜੇ ਲੋਕ ਪਾਕਿਸਤਾਨ ਦੇ ਜਿੱਤਣ ਦੀ ਖੁਸ਼ੀ ਮਨਾ ਰਹੇ ਨੇ ਇੱਥੇ ਰਹਿ ਕੇ ਉਹਨਾਂ ਦਾ ਡੀਐਨਏ ਇੱਧਰਲਾ ਨਹੀਂ ਹੈਗਾ ਦੇਖੋ ਗੱਲ ਇਹ ਆ ਵੀ ਖੇਡ ਨੂੰ ਤੁਸੀਂ ਖੇਡ ਭਾਵਨਾ ਦੇ ਤੌਰ ਤੇ ਕਿਉਂ ਨਹੀਂ ਲੈਂਦੇ ਖੇਡ ਖੇਡ ਹੁੰਦੀ ਹੈ ਖੇਡ ਖੇਡ ਹੁੰਦੀ ਹੈ ਦੋ ਖਿਡਾਰੀ ਖੇਡਦੇ ਆ ਇੱਕ ਨੇ ਜਿੱਤਣਾ ਵੀ ਆ ਦੂਜੇ ਨੇ ਹਾਰਨਾ ਵੀ ਆ ਜਿਹੜਾ ਹਾਰਿਆ ਉਹ ਆਪਣੀਆਂ ਕਮੀਆਂ ਪੇਸ਼ਗਾਨੂ ਦੂਰ ਕਰੇ ਅਗਲੀ ਵਾਰ ਜਿੱਤ ਜਾਵੇ ਤੇ ਜਿਹੜਾ ਜਿੱਤਿਆ ਉਹਨੂੰ ਸਿਰ ਦੇ ਉੱਤੇ ਜਿੱਤ ਦਾ ਜਿਹੜਾ ਉਹ ਜ਼ਿਆਦਾ ਨਸ਼ਾ ਨਹੀਂ ਚੜਨ ਦੇਣਾ ਚਾਹੀਦਾ ਉਹਨੋਂ ਵੀ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਪਰ ਜਿਸ ਤਰੀਕੇ ਨਾਲ 2020 ਮੁਕਾਬਲੇ ਦੇ ਵਿੱਚ ਭਾਰਤ ਹਾਰਿਆ ਤੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਚੌਕੇ ਛੱਕੇ ਲਾਏ ਆ ਤੇ ਦਸਾਂ ਵਿਕਟਾਂ ਦੇ ਫਰਕ ਨਾਲ ਹੀ ਜਿੱਤ ਗਿਆ ਤੇ ਉਸ ਤੋਂ ਬਾਅਦ ਤਾਂ ਆਪਾਂ ਜਾਣਦੇ ਹੀ ਵੀ ਕੀ ਕੀ ਹੋਇਆ ਪਰ ਗੱਲ ਇਹ ਹੈ ਬੜੀ ਦੁੱਖ ਦੀ ਗੱਲ ਹੈ ਟਾਣਾ ਸਾਹਿਬ ਮੈਨੂੰ ਇਹ ਲੱਗਦਾ ਹੈ ਕਿ ਖਾਸ ਤੌਰ ਤੇ ਲੀਡਰਾਂ ਦੀ ਜੇ ਗੱਲ ਕਰੀਏ ਦੇਖੋ ਕੋਈ ਵੀ ਖਿਡਾਰੀ ਚੰਗਾ ਪ੍ਰਦਰਸ਼ਨ ਕਰਦਾ ਜੇਕਰ ਮੈਦਾਨ ਦੇ ਵਿੱਚ ਤਾਂ ਉਹਦੀ ਸ਼ਲਾਘਾ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਮੁਲਕ ਤੋਂ ਹੋਵੇ ਕਿਸੇ ਵੀ ਧਰਮ ਜਾਤ ਬਰਾਦਰੀ ਨਾਲ ਸਬੰਧਤ ਹੋਵੇ ਹੈਨਾ ਇਹ ਕਹਿਣਾ ਚ ਮਾ ਖੇਡੇ ਆਪਾਂ ਉਹਨਾਂ ਤੋਂ ਕੁਝ ਸਿੱਖੀਏ ਤਾਂ ਅਗਲੀ ਵਾਰ ਆਪਾਂ ਵੀ ਵਧੀਆ ਪ੍ਰਦਰਸ਼ਨ ਕਰੀਏ ਜਿੱਤ ਹਾਰ ਬਣੀ ਹੋਈ ਹੁੰਦੀ ਹੈ ਮੈਂ ਹੈਰਾਨ ਆ ਸੰਗਰੂਰ ਦੇ ਵਿੱਚ ਦੋ ਧੜੇ ਆਪਸ ਦੇ ਵਿੱਚ ਲੜਪੇ ਇੱਕ ਕਾਲਜ ਦੇ ਵਿੱਚ ਉਹਨਾਂ ਨੇ ਮੁੰਡਾ ਇੱਕ ਉੱਤਤਾ ਜੰਮੂ ਕਸ਼ਮੀਰ ਦਾ ਉਹ ਯੂਪੀ ਤੇ ਬਿਹਾਰ ਦੇ ਵੱਲੋਂ ਸੀ ਜਿਹੜੇ ਮੁੰਡੇ ਭਟਕ ਗਏ ਇਸ ਗੱਲ ਦੇ ਉੱਤੇ ਬੈਠੇ ਸੀਗੇ ਬਾਅਦ ਵਿੱਚ ਇਸ ਗੱਲ ਤੇ ਤੂਤੂਮੇਮੇ ਹੋ ਗਈ ਵੀ ਤੁਹਾਡੇ ਵਾਲੇ ਹਾਰ ਗਏ ਸਾਡੇ ਵਾਲੇ ਹਾਰ ਗਏ ਇਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਛਿਤਰੋ ਛਿਟਰੀ ਹੋ ਗਈ ਜੀ ਹੁਣ ਗੱਲ ਕਰਦੇ ਜੀ ਭਾਰਤ ਦੇ ਵਿੱਚ ਹੋਰ ਲੋਕਾਂ ਦੀ ਇਹ더라 ਪਤਾ ਲੱਗਾ ਜੀ ਕਿ ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਵੀ ਕਈ ਲੋਕ ਲੜ ਪਏ ਆ। ਅੱਛਾ ਜੀ। ਵੀ ਭਾਈ ਸਾਡੀ ਟੀਮ ਨੂੰ ਕਿਵੇਂ ਹਰਾਤਾ? ਕਈ ਲੋਕੋ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਖਿਡਾਰੀਆਂ ਨੂੰ ਗਾਲਾਂ ਕੱਢੀ ਜਾਂਦੇ ਆ ਅਖੇ ਜੀ ਇਹਨੇ ਇੱਕ ਵੀ ਵਿਕਟ ਨਹੀਂ ਲਈ ਤੇ ਜਦੋਂ ਵਿਕਟ ਲੈਂਦੇ ਹੁੰਦੇ ਤੇ ਉਦੋਂ ਆਪਾਂ ਕਿਹੜਾ ਸਿਫਤ ਕਰਦੇ ਆ ਸੋ ਕਹਿੰਦਾ ਭਾਵੇਂ ਜੀ ਕਿ ਕਦੇ ਵਿਕਟ ਲਈ ਵੀ ਜਾਂਦੀ ਤੇ ਕਦੇ ਨਹੀਂ ਵੀ ਲਈ ਜਾਂਦੀ ਇਹਦੇ ਵਿੱਚ ਰੌਲੇ ਵਾਲੀ ਕਿਹੜੀ ਗੱਲ ਹੈ ਨਾਲੇ ਗੱਲ ਇਹ ਟਾਣਾ ਸਾਹਿਬ ਇਹ ਕਿਹੜਾ ਕੋਈ ਲਿਖਤ ਇਮਤਿਹਾਨ ਆ ਕਿ ਉੱਥੇ ਜੋ ਚੇਤੇ ਕੀਤਾ ਫਟਾਫਟ ਲਿਖਾਓ ਤੇ ਤੁਸੀਂ ਜਿੱਤ ਗਏ ਹਨਾ ਇਹ ਤਾਂ ਖੇਡ ਦੇ ਮੈਦਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਖੇਡ ਰਹੇ ਹੋ ਕਿਵੇਂ ਪਰਫਾਰਮ ਕਰ ਰਹੇ ਹੋ ਕਿਵੇਂ ਤੁਸੀਂ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹੋ ਇਹ ਉਹਦੇ ਉੱਤੇ ਸਾਰਾ ਕੁਝ ਮਾਇਨੇ ਰੱਖਦਾ ਸਾਡੀ ਭਾਰਤੀ ਦੇ ਰਣ ਤੇ ਬਾਕੀ ਦੁਨੀਆ ਦੇ ਜੇਕਰ ਵੱਖ-ਵੱਖ ਹਿੱਸੇ ਦੇ ਖਿਡਾਰੀ ਜਿੱਤਦੇ ਆ ਤੇ ਉਹਨੂੰ ਵੀ ਧਰਮ ਦੇ ਰੂਪ ਦੇ ਵਿੱਚ ਨਾ ਦੇਖੀਏ ਧਰਮ ਜਾਤ ਦੇਸ਼ ਦੇ ਵਿੱਚ ਨਾ ਵੰਡਗੇ ਉਹਨੂੰ ਹੁਣ ਮੈਂ ਹੈਰਾਨ ਹੋ ਗਿਆ ਪਾਕਿਸਤਾਨ ਦਾ Imran Khan ਦੀ ਸਰਕਾਰ ਦੇ ਵਿੱਚ Sheikh Rashid ਨਾਂ ਦਾ ਇੱਕ ਗ੍ਰਹਿ ਵਿਭਾਗ ਦਾ ਮੰਤਰੀ ਆ ਉਹ ਪਤਾ ਕੀ ਕਹਿੰਦਾ ਕਹਿੰਦਾ ਜੀ ਦੇਖੋ ਪਾਕਿਸਤਾਨ ਨੇ ਤਾਂ World Cup ਜਿੱਤ ਲਿਆ ਚਲੋ ਇਹ ਵੀ ਤੁਹਾਡੀ ਖੁਸ਼ੀ ਦਾ ਪ੍ਰਗਟਾਵਾ ਬਣਗੇ ਅਗਲੀ ਗੱਲ ਕਹਿੰਦਾ ਜੀ ਕਿ ਇਹਦੇ ਨਾਲ ਮੁਸਲਿਮ ਭਾਈਚਾਰੇ ਦੀ ਤਾਕਤ ਬਹੁਤ ਵਧੀ ਆ ਚਲੋ ਕਹਿੰਦਾ ਜੀ ਦੇਖੋ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਦੁਨੀਆ ਦੇ ਵਿੱਚ ਆਪਣਾ ਝੰਡਾ ਲਹਿਰਾਤਾ ਇਹਦੇ ਵਰਗੀ ਹੈ ਕੋਈ ਨਹੀਂ ਗੱਲ ਤੁਸੀਂ ਖੇਡ ਮੁਕਾਬਲੇ ਨੂੰ ਖੇਡ ਕਿਉਂ ਨਹੀਂ ਰਹਿਣ ਦਿੰਦੇ ਉਧਰੋਂ ইমরান ਖਾਨ ਕਹੀ ਜਾਂਦਾ ਕਹਿੰਦਾ ਭਾਰਤ ਸਾਡਾ ਮੁਕਾਬਲਾ ਕਿੱਥੇ ਕਰ ਲੂਗਾ ਤੂੰ ਹਾਰਿਆ ਹੋਇਆ ਹੂੰ ਗੱਲ ਇਹ ਹੈ ਕਿ ਖੇਡ ਨੂੰ ਖੇਡ ਦੀ ਤਰ੍ਹਾਂ ਲਓ ਚੜਾਉਣਾ ਵੀ ਬੰਦ ਕਰੋ ਤੇ ਐਵੇਂ ਖੇਜਣਾ ਵੀ ਬੰਦ ਕਰੋ ਹਨਾ ਜੇ ਤੁਸੀਂ ਜਿੱਤ ਗਏ ਤੇ ਤੁਸੀਂ ਚੜਾਈ ਜਾਓ ਕਿਸੇ ਨੂੰ ਤੇ ਅਗਲਾ ਵੀ ਫਿਰ ਛੜ ਜਾਂਦਾ ਭਾਰਤ ਦੇ ਵਿੱਚ ਦੇਖੋ ਜਨੂਨੀ ਖੇਡ ਪ੍ਰੇਮੀ ਕਿਹੋ ਜਿਹਾ ਜੇ ਤਾਂ ਜਿੱਤ ਕੇ ਆ ਜਾਣ ਤਾਂ ਢੋਲ ਲੈ ਕੇ ਪਹੁੰਚ ਜਾਂਦੇ ਏਅਰਪੋਰਟ ਤੇ ਤੇ ਜੇ ਹਾਰ ਕਿ ਆ ਜਾਣ ਤਾਂ ਆਂਡੇ ਲੈ ਕੇ ਪਹੁੰਚ ਜਾਂਦੇ ਆ ਬਿਲਕੁਲ ਸਹੀ ਐ ਅਸੀਂ ਕਦੇ ਵੀ ਨਾ ਜੀ ਜੀ ਭੰਨ ਦਿੰਦੇ ਆ ਵੀ ਟੀਵੀ ਤੇ ਤੁਸੀਂ ਆਪਦੇ ਪੈਸੇ ਨਾਲ ਲਿਆ ਹਾਂ ਪਤਾ ਹੀ ਨਹੀਂ ਲੱਗਦਾ ਜੋਸ਼ ਮਤਲਬ ਨਾ ਉਹ ਹੋਸਟ ਨੇ ਨਾ ਉਹ ਹੋਸਟ ਨੇ ਪਤਾ ਹੀ ਨਹੀਂ ਲੱਗਦਾ ਉਹ ਕਰਦੇ ਕੀ ਨੇ ਹਨਾ ਵੀ ਤੁਸੀਂ ਥੋੜਾ ਜਿਹਾ ਤਾਂ ਸੋਚੋ ਵੀ ਖੇਡ ਐ ਖੇਡ ਦੇ ਵਿੱਚ ਕਦੇ ਕੋਈ ਜਿੱਤ ਗਿਆ ਕਦੇ ਕੋਈ ਜਿੱਤ ਗਿਆ ਐਡੀ ਕੋਈ ਗੱਲ ਨਹੀਂ ਹਾਂ ਇਹਨਾ ਜ਼ਰੂਰ ਹੈ ਵੀ ਗਾਲਾਂ ਕੱਢਣੀਆਂ ਬੰਦ ਹੋਣੀਆਂ ਚਾਹੀਦੀਆਂ ਤੁਸੀਂ ਇਹ ਕੋਈ ਪ੍ਰਦਰਸ਼ਨ ਮਾੜਾ ਸੀ ਮਿਹਨਤ ਕਰਨੀ ਚਾਹੀਦੀ ਹੈ ਟੀਮ ਨੂੰ ਪਰ ਤੁਸੀਂ ਇਹ ਥੋੜੀਆ ਵੀ ਕਿਸੇ ਨੂੰ ਵੀ ਗਾਲਾਂ ਕੱਢਦੇ ਹੋ ਕਿਸੇ ਨੂੰ ਵੀ ਕੁੱਟਦੇ ਹੋ ਕਿਸੇ ਦੇ ਬਾਰੇ ਵਿੱਚ ਵੀ ਕੁਛ ਕਹਿਦੇ ਹੋ ਕਿੰਨੇ ਵੇਲੇ ਆ ਸੀ ਬਿਲਕੁਲ ਸਹੀ ਪਤਾ ਨਹੀਂ ਕਦੋਂ ਜਾ ਕੇ ਸੁਰਤ ਆਉਗੀ ਤੇ ਆਪਾਂ ਚੱਲੀਏ ਹੁਣ ਬਿਲਕੁਲ ਜੀ ਤੇ ਆਪਾਂ ਜਾਂਦੇ ਜਾਂਦੇ ਇੱਕ ਬੇਨਤੀ ਕਰਦੇ ਹਾਂ ਦਰਸ਼ਕਾਂ ਨੂੰ ਵੀ 11 ਮਹੀਨੇ ਪੂਰੇ ਹੋਣ ਤੇ 11 ਮਹੀਨੇ ਪੂਰੇ ਹੋ ਗਏ ਕਿਸਾਨ ਅੰਦੋਲਨ ਨੂੰ ਚੱਲਦੇ ਆ ਇਹ 11 ਮਹੀਨੇ ਪੂਰੇ ਹੋਣ ਤੇ ਤੁਹਾਡੇ ਮੰਦੇ ਵੱਲ ਬਲੇਕੀ ਆ ਜੀ ਕਿਸਾਨ ਅੰਦੋਲਨ ਦੇ ਬਾਰੇ ਕਿਸਾਨ ਮਜ਼ਦੂਰ ਇਕਤਾ ਦੇ ਬਾਰੇ ਉਹ ਸਾਨੂੰ ਜ਼ਰੂਰ ਪੰਜਾਬੀ ਦੇ ਵਿੱਚ ਸ਼ੁੱਧ ਪੰਜਾਬੀ ਦੇ ਵਿੱਚ ਟਿੱਪਣੀਆਂ ਕਰਕੇ ਦੱਸਿਓ ਸਭੇ ਟਿੱਪਣੀਆਂ ਕਰਕੇ ਦੱਸਿਓ ਤੇ ਬਾਕੀ ਆਪਾਂ ਚੱਲੀਏ ਹੁਣ ਫਿਲਹਾਲ ਪ੍ਰੋਗਰਾਮ ਨੂੰ ਇੱਥੇ ਸਮੇਤਦਿਆਂ ਜਾਣਦਾ ਹੋ ਗਿਆ ਵੇਲਾ ਆਪਣੀ ਪ੍ਰਤੀਕ ਰਾ ਜ਼ਰੂਰ ਸਾਡ ਤਾਈ ਪਹੁੰਚਾਇਓ ਦੋਵਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਆਦੀ ਹਾਜ਼ਰ ਹੈ ਜੰਝਦਾ ਵਿੱਚ ਆ